ਅੱਜ ਹੀ ਦਰਸ਼ਨ ਬਰਾੜ ਹੋਣਾ ਦਾ ਵੀ ਬਿਆਨ ਆਇਆ। ਕਹਿੰਦੇ ਨੇ ਕਿ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਬੇਦਬੀ ਦਾ ਮਸਲਾ ਹੱਲ ਕਰਾਂਗੇ ਅਤੇ ਬੇਦਬੀ ਦੇ ਮਸਲੇ ਦੇ ਵਿੱਚ ਬਾਦਲਾਂ ਨੂੰ ਜੇਲ੍ਹ ਦੇ ਅੰਦਰ ਡੱਕਾਂਗੇ। ਇਹ ਬੇਦਬੀ ਦੇ ਮਸਲੇ 'ਤੇ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰੂਗਾ, ਨੁਕਸਾਨ ਉਹਦਾ ਹੀ ਹੋਣਾ ਹੈ। ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਤੇ ਵੀ ਖੜੇ ਕਰਦੇ ਸੀਗੇ ਜਦੋਂ ਟਵੀਟਾਂ ਦੇ ਹਮਲੇ ਕਰਦੇ ਸੀਗੇ, ਹੁਣ ਉਹਨਾਂ ਦੇ ਕੋਲ ਕਮਾਨ ਆ ਗਈ ਹੈ। ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਅੱਗੇ 2022 ਵੀ ਨੇੜੇ ਆ ਰਹੀ ਹੈ, ਕੋਈ ਵੱਡਾ ਐਕਸ਼ਨ ਲੈਣਗੇ ਬੇਦਬੀ ਦੇ ਮਸਲੇ 'ਤੇ? ਸਿੱਧੂ ਸਾਹਿਬ ਅਗਰ ਸਿਆਸਤ ਕਰਨਗੇ ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਇਹਦਾ ਕੁਛ ਫਾਇਦਾ ਨਹੀਂ ਹੋਣਾ, ਇਹਦਾ ਨੁਕਸਾਨ ਹੋ ਸਕਦਾ। 2022 ਦੇ ਵਿੱਚ ਅਕਾਲੀ ਦਲ ਚੁਣੌਤੀ ਕਿਹਨੂੰ ਸਮਝਦਾ, ਸਿੱਧੂ ਦੀ ਪ੍ਰਧਾਨਗੀ ਨੂੰ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ? ਇਹ ਕੋਈ ਦੇਖੋ ਜਾਦੂ ਦੀ ਛਿੜੀ ਰਹਿ ਨਹੀਂ ਗਈ ਸਿੱਧੂ ਸਾਹਿਬ ਕੋਲ ਕਿ ਉਹ ਜਾਦੂ ਦੀ ਛਿੜੀ ਫੇਰ ਕੇ ਅਤੇ ਕਾਂਗਰਸ ਨੂੰ ਦੁਬਾਰਾ ਕਾਇਮ ਕਰ ਦੇਣਗੇ। ਕਿਉਂਕਿ ਪ੍ਰੀ ਪਲੈਨ ਸਾਰਾ ਕੀਤਾ ਗਿਆ, ਕੈਪਟਨ ਅਮਰਿੰਦਰ ਸਿੰਘ ਨੂੰ ਚਾਰਜਸ਼ੀਟ ਕੀਤਾ ਗਿਆ, ਤੁਹਾਨੂੰ ਲੱਗਦਾ ਕਿ ਹਾਈਕਮਾਂ 2022 'ਚ ਕੈਪਟਨ ਨੂੰ ਪਿੱਛੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈ ਕੇ ਆ ਰਹੀ ਮੁੱਖ ਮੰਤਰੀ ਦੇ ਚਿਹਰੇ 'ਤੇ? ਜਿਹੜਾ ਫੈਸਲਾ ਲਿਆ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਉਣ ਦਾ, ਉਹਦੇ ਪਿੱਛੇ ਲੱਗਦਾ ਕਿ ਕੈਪਟਨ ਸਾਹਿਬ ਨੂੰ ਪਾਸੇ ਕਰਨਗੇ, ਤੁਹਾਡੇ ਲਾਉਣਗੇ, ਅਤੇ ਆਪਣੇ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹਨਾਂ ਨੂੰ ਆਪਣੇ ਮੇਨ ਜਿਹੜਾ ਚਿਹਰਾ ਉਹਨਾਂ ਨੂੰ ਮੂਹਰੇ ਲਿਆਉਣਾ ਚਾਹੁੰਦੀ ਹੈ। ਹੁਣ ਇਹ ਤਾਂ ਟਾਈਮ ਦੱਸੂਗਾ ਕਿ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਆ, ਕੈਪਟਨ ਅਮਰਿੰਦਰ ਸਿੰਘ ਕੀ ਇਹਨੂੰ ਇੱਦਾਂ ਹੀ ਲੈ ਲੈਣਗੇ, ਕੈਪਟਨ ਅਮਰਿੰਦਰ ਸਿੰਘ ਕੀ ਐਵੇਂ ਛੱਡ ਦੇਣਗੇ ਮੈਦਾਨ ਆਪਣਾ? ਪੰਜਾਬ ਦੀ ਸਿਆਸਤ ਦੇ ਵਿੱਚ ਇੰਨੀ ਦਿਨੀ ਸਿੱਧੂ ਸਿੱਧੂ ਹੋ ਰਹੀ ਹੈ। ਪ੍ਰਧਾਨਗੀ ਤੋਂ ਬਾਅਦ ਜਿੱਥੇ ਕਾਂਗਰਸ ਦਾ ਇੱਕ ਧੜਾ ਨਾ ਖੁਸ਼ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਦੂਜਾ ਧੜਾ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜੇ ਰਹਿੰਦੇ ਕੰਮ ਨੇ ਉਹ ਸਭ ਤੋਂ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਅਤੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਹੇਠ ਹੁਣ ਸਭ ਤੋਂ ਪਹਿਲਾਂ ਬੇਦਬੀ ਦਾ ਮਸਲਾ ਸੁਲਝਾਇਆ ਜਾਵੇਗਾ। ਇੱਥੋਂ ਤੱਕ ਕਿ ਕਾਂਗਰਸ ਦੇ ਕਈ ਲੀਡਰ ਇਹ ਕਹਿਣ ਲੱਗ ਪਏ ਨੇ ਕਿ ਬੇਦਬੀ ਦੇ ਮਸਲੇ ਦੇ ਵਿੱਚ ਹੁਣ ਬਾਦਲਾਂ ਨੂੰ ਜੇਲ੍ਹ ਭੇਜਾਂਗੇ, ਤਾਂ ਅਜਿਹੇ ਵਿਚਾਲੇ ਅਕਾਲੀ ਦਲ ਕੀ ਸੋਚਦੀ ਹੈ, ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਕਿੰਨੀ ਕੁ ਚੁਣੌਤੀ ਸਮਝਦੇ ਨੇ, ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਅਕਾਲੀ ਲੀਡਰ ਅਤੇ MLA ਗੁਰਪ੍ਰਤਾਪ ਸਿੰਘ ਵਡਾਲਾ ਮੌਜੂਦ ਹੈਗੇ ਨੇ। ਵਡਾਲਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ TV ਪੰਜਾਬ 'ਤੇ। ਬਹੁਤ ਧੰਨਵਾਦ ਜੀ ਤੁਹਾਡਾ ਅਤੇ ਤੁਹਾਡੀ ਸਾਰੀ TV ਪੰਜਾਬ ਦੀ ਟੀਮ ਦਾ ਜੀ। ਥੈਂਕ ਯੂ ਸਾਹਿਬ। ਸਿੱਧੂ ਦੀ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਾਂਗਰਸ ਦਾ ਜਿਹੜਾ ਆਪਣਾ ਆਪਸ ਵਿੱਚ ਉਹਨਾਂ ਦਾ ਕਲੇਸ਼ ਸੀਗਾ, ਉਹਨਾਂ ਦਾ ਝਗੜਾ ਸੀ ਆਪਣੇ ਵੱਖਰੇ ਵੱਖਰੇ ਗਰੁੱਪਾਂ ਦਾ, ਇਹ ਕਾਫੀ ਲੰਬੇ ਸਮੇਂ ਤੋਂ ਇਹ ਕਹਿ ਲਓ ਰਿੜਖ ਹੋ ਰਿਹਾ ਸੀ, ਅਤੇ ਜਿਹੜਾ ਹੁਣ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ, ਆਪਣੇ 4.5 ਸਾਲ ਬਾਅਦ ਆਪਣੇ ਉਹਨੂੰ ਮੂਹਰੇ ਲਿਆਂਦਾ ਆ, ਉਹਨਾਂ ਨੇ ਦੇਖਿਆ ਕਿ ਕਾਂਗਰਸ ਦੀ ਜਿਹੜੀ ਆਪਣੇ ਸੈਂਟਰਲ ਲੀਡਰਸ਼ਿਪ ਆ, ਵੀ ਪੰਜਾਬ ਵਿੱਚ ਕਾਂਗਰਸ ਸਰਕਾਰ ਦਾ ਬਹੁਤ ਜ਼ਿਆਦਾ ਗ੍ਰਾਫ ਥੱਲੇ ਆ ਗਿਆ। ਸਾਰੇ MLAs ਆਪਣੇ ਆਪ ਕਹਿਣ ਲੱਗ ਪਏ ਸੀਗੇ ਵੀ ਸਾਡੀ ਸਰਕਾਰ ਤੋਂ ਕੁਛ ਨਹੀਂ ਹੋਇਆ, ਵੀ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਜਿਹੜੇ ਵਾਅਦੇ ਕੀਤੇ ਸੀ, ਮੈਨੀਫੈਸਟੋ ਜਾਰੀ ਕੀਤਾ ਸੀ ਜਾਂ ਕੰਮ ਸੀ, ਉਹਨਾਂ ਤੋਂ ਨਹੀਂ ਉਹ ਕਰ ਹੋਏ, ਨਹੀਂ ਪੂਰੇ ਹੋਏ। ਅਤੇ ਕੁਦਰਤੀ ਗੱਲ ਸੀ ਕਿ ਇਹ ਚਰਚਾ ਸਾਰੀ ਇਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਤੱਕ ਗਈ, ਅਤੇ ਆਪਣੇ ਨਵਜੋਤ ਸਿੰਘ ਸਿੱਧੂ ਜਿਹੜੇ ਕਾਫੀ ਸਮੇਂ ਤੋਂ ਘਰ ਬੈਠੇ ਸੀ, ਨਾਰਾਜ਼ ਸੀਗੇ, ਉਹ ਵੀ ਮੌਕਾ ਲੱਭ ਰਹੇ ਸੀ। ਅਤੇ ਇਹ ਵੀ ਸੁਣਨ ਨੂੰ ਗੱਲ ਆ ਰਹੀ ਹੈ ਕਿ ਇਹ ਸਾਰਾ ਜਿਹੜਾ ਡਰਾਮਾ ਹੋਇਆ ਜਾਂ ਜੋ ਵੀ ਆਪਣੇ ਘਟਨਾਕ੍ਰਮ ਵਾਪਰਿਆ, ਜਿਹੜਾ ਹੁਣ ਕਲਾਈਮੈਕਸ ਹੋ ਗਿਆ, ਆਪਣੇ ਨਵਜੋਤ ਸਿੱਧੂ ਪ੍ਰਧਾਨ ਬਣ ਗਏ ਨੇ ਪੰਜਾਬ ਕਾਂਗਰਸ ਦੇ, ਇਹਦੇ ਪਿੱਛੇ ਇਹਨਾਂ ਦੀ ਜਿਹੜੀ ਸੈਂਟਰਲ ਆਪਣੇ ਲੀਡਰਸ਼ਿਪ ਦਾ ਹੱਥ ਸੀਗਾ। ਕੈਪਟਨ ਅਮਰਿੰਦਰ ਸਿੰਘ ਨੂੰ ਨੀਵਾਂ ਦਿਖਾਉਣਾ, ਕੈਪਟਨ ਅਮਰਿੰਦਰ ਸਿੰਘ ਨੂੰ ਖੁੱਡੇ ਲਾਉਣਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੱਕਣਾ, ਇਹ ਸਾਰੀਆਂ ਕਈ ਮਤਲਬ ਗੱਲਾਂ ਜਿਹੜੀਆਂ ਇਹਨਾਂ ਦੀਆਂ ਪਹਿਲਾਂ ਪ੍ਰੀ ਪਲੈਨਡ ਸੀਗੀਆਂ। ਪਰ ਇਹਦੇ ਵਾਸਤੇ ਦੇਖੋ, ਜੇ ਹੁਣ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ, ਪਹਿਲੇ ਆਪਣੇ ਜਾਖੜ ਸਾਹਿਬ ਸੀਗੇ, ਉਸ ਤੋਂ ਪਹਿਲਾਂ ਹੋਰ ਵੀ ਪ੍ਰਧਾਨ ਰਹੇ ਆ, ਠੀਕ ਆ, ਪ੍ਰਧਾਨ ਤਾਂ ਪ੍ਰਧਾਨ ਹੀ ਆ, ਉਹਨਾਂ ਦੀ ਪਾਰਟੀ ਦੇ ਲੀਡਰ ਆ, ਉਹ ਜੀ ਸਦਕੇ ਆ, ਉਹਨਾਂ ਨੇ ਆਪਣਾ ਫੈਸਲਾ ਲਿਆ ਅਤੇ ਇਹ ਤਾਂ ਠੀਕ ਉਹਨਾਂ ਨੇ ਆਪਣੇ ਵਾਸਤੇ ਕੀਤਾ ਹੋਊਗਾ। ਬਟ ਇਹ ਆਪਣੇ ਪੋਲੀਟਿਕਸ ਵਿੱਚ ਜਿਹੜਾ ਕੋਈ ਵੀ MP ਰਿਹਾ ਹੋਵੇ, MLA ਰਿਹਾ ਹੋਵੇ, ਜਾਂ ਜਿਹਦੇ ਕੋਈ ਇੰਪੋਰਟੈਂਟ ਅਹੁਦਾ ਹੋਵੇ, ਜਾਂ ਉਹਦੇ ਕੋਈ ਆਪਣੇ ਬਹੁਤ ਵੱਡੀ ਜ਼ਿੰਮੇਵਾਰੀ ਹੋਵੇ, ਉਹਦੀ ਕਾਰਗੁਜ਼ਾਰੀ ਆਪਣੇ ਲੋਕ ਦੇਖਦੇ ਆ ਵੀ ਉਹਦੀ ਕਾਰਗੁਜ਼ਾਰੀ ਕੀ ਸੀ। ਜਿਹੜਾ ਇੰਨਾ ਲੰਬਾ ਸਮਾਂ ਸਿੱਧੂ ਸਾਹਿਬ MP ਰਹੇ, MLA ਰਹੇ, ਇਹ ਸਰਕਾਰ 'ਚ ਮਿਨਿਸਟਰ ਰਹੇ, ਤਾਂ ਉਹਨਾਂ ਕੋਲ ਚਲੋ ਚਾਹੇ BJP ਸੀਗੇ, ਕਾਂਗਰਸ ਵਿੱਚ ਸੀਗੇ, ਵੱਖਰੇ ਵੱਖਰੇ ਸਮੇਂ 'ਤੇ ਉਹਨਾਂ ਕੋਲ ਕਾਫੀ ਵੱਡੀਆਂ ਜ਼ਿੰਮੇਵਾਰੀਆਂ ਵੀ ਸੀਗੀਆਂ ਸਿੱਧੂ ਸਾਹਿਬ ਕੋਲ। ਬਟ ਉਹਨਾਂ ਦੀ ਕੀ ਉਪਲਬਧੀ ਆ, ਉਹਨਾਂ ਦੀਆਂ ਕੀ ਅਚੀਵਮੈਂਟਸ ਆ, ਪ੍ਰਾਪਤੀ ਕੀ ਆ, ਉਹ ਆਪਣੇ ਸਾਹਮਣੇ ਹੀ ਆ। ਅਤੇ ਮੈਂ ਤਾਂ ਕਹਿ ਸਕੂੰਗਾ ਕਿ ਜਿਹੜਾ ਜਦੋਂ ਰਹੇ ਲੋਕਲ ਬੋਡੀਜ਼ ਮਿਨਿਸਟਰ ਸਿੱਧੂ ਸਾਹਿਬ, ਉਹ ਕੋਈ ਕਹਿ ਕੇ ਦਿਖਾ ਦੇ ਕੋਈ ਕੰਮ ਕੀਤਾ ਹੋਵੇ ਜਿਹੜਾ ਕਿ ਇੱਕ ਮਾਰਕੇ ਵਾਲਾ ਹੋਵੇ,
ਕਿ ਸਿੱਧੂ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦਾ ਨਾਂ ਆ, ਜਿਹੜਾ ਉਹਨਾਂ ਦਾ ਸਟਾਰ ਆਪਣੇ ਅਪੀਲ ਬਣੀ ਹੈ ਲੋਕਾਂ 'ਚ, ਵੀ ਕੀ ਠੀਕ ਹੈ ਅਪੀਲ ਹੈਗੀ ਆ ਵੀ ਉਹ ਆਪਣੇ ਕਲਾਕਾਰੀ ਵੀ ਲੋਕ ਹੈਗੀ ਆ, ਉਹ ਆਪਣੇ ਚੰਗੀ ਸ਼ੇਰੋ ਸ਼ਾਇਰੀ ਵੀ ਆਪਣੇ ਬੋਲ ਲੈਂਦੇ ਆ, ਸਮੇਂ ਦੇ ਮੁਤਾਬਕ ਢੁੱਕਵੀਂ ਗੱਲ ਵੀ ਆਖ ਦਿੰਦੇ ਆ, ਲੋਕ ਉਹਦੇ ਨਾਲ ਜ਼ਰੂਰ ਅਟਰੈਕਟ ਹੁੰਦੇ ਆ, ਬਟ ਪੋਲੀਟਿਕਸ ਬੜਾ ਸੀਰੀਅਸ ਮੈਟਰ ਆ, ਪੋਲੀਟਿਕਸ ਬੜਾ ਗੰਭੀਰਤਾ ਨਾਲ ਆਪਣੇ ਹੈਗਾ ਲੈਣ ਵਾਲੀ ਜਿਹੜੀ ਹੈਗੀ ਆ ਇਹ ਖੇਤਰ ਆ, ਇਹਦੇ 'ਚ ਚਾਹੀਦੀ ਆ ਤੁਹਾਡੀ ਗ੍ਰਾਸਰੂਟ ਅਪਰੋਚ, ਤੁਹਾਡਾ ਚਾਹੀਦਾ ਬਹੁਤ ਲੰਬਾ ਤਜਰਬਾ, ਫਿਰ ਤੁਹਾਨੂੰ ਟੀਮ ਚਾਹੀਦੀ ਆ, ਟੀਮ ਵਰਕ ਕਰਨ ਦਾ ਤਰੀਕਾ ਚਾਹੀਦਾ ਆ, ਵੀ ਇੱਕ ਟੀਮ ਹੋਵੇ, ਟੀਮ ਨਾਲ ਚੱਲਣਾ ਕਿਵੇਂ ਆ। ਅੱਛਾ ਵਡਾਲਾ ਸਾਹਿਬ, ਜਿਹੜੀ ਟੀਮ ਨਵਜੋਤ ਸਿੰਘ ਸਿੱਧੂ ਦੇ ਨਾਲ ਲਾਈ ਗਈ ਹੈ, ਜਿਹੜੀ ਇਹਨਾਂ ਦਿਨਾਂ 'ਚ ਟੀਮ ਦਿਖਾਈ ਦੇ ਰਹੀ ਹੈ, ਉਹ ਸਾਰੇ ਜਿਹੜੇ ਬਾਦਲਾਂ ਨੂੰ ਘੇਰਦੇ ਹੁੰਦੇ ਸੀਗੇ, ਚਾਹੇ ਰਾਜਾ ਵੜਿੰਗ ਹੋਣ, ਚਾਹੇ ਸੁਖਜਿੰਦਰ ਰੰਧਾਵਾ ਹੋਣ, ਇਹ ਵਿਧਾਇਕ ਬੜੇ ਖੁਸ਼ ਨਜ਼ਰ ਆ ਰਹੇ ਨੇ। ਅਤੇ ਅੱਜ ਹੀ ਦਰਸ਼ਨ ਬਰਾੜ ਹੋਣਾ ਦਾ ਵੀ ਬਿਆਨ ਆਇਆ, ਕਹਿੰਦੇ ਨੇ ਕਿ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਬੇਦਬੀ ਦਾ ਮਸਲਾ ਹੱਲ ਕਰਾਂਗੇ ਅਤੇ ਬੇਦਬੀ ਦੇ ਮਸਲੇ ਦੇ ਵਿੱਚ ਬਾਦਲਾਂ ਨੂੰ ਜੇਲ੍ਹ ਦੇ ਅੰਦਰ ਡੱਕਾਂਗੇ। ਜਿਹੜਾ ਬੇਦਬੀ ਦਾ ਮਸਲਾ ਜੀ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਆਸਤ ਨਹੀਂ ਹੋਣੀ ਚਾਹੀਦੀ। ਬੇਅਦਬੀ ਦੇ ਮਸਲੇ ਨੂੰ ਕੋਈ MLA ਕਵੇ, ਕੋਈ ਮਿਨਿਸਟਰ ਕਵੇ, ਬਾਰ ਬਾਰ ਆਖੇ, ਇਹਦੇ ਤੋਂ ਲੱਗਦਾ ਕਿ ਉਹਨਾਂ ਨੇ ਬਹੁਤ ਇਸ ਮਸਲੇ ਨੂੰ ਇਹਦਾ ਸਿਆਸੀਕਰਨ ਕਰਤਾ ਅਤੇ ਇਹਨੂੰ ਨੀਵੇਂ ਪੱਧਰ 'ਤੇ ਲੈ ਕੇ ਆਏ ਆ। ਵੀ ਤੁਸੀਂ ਜੇ ਬੇਅਦਬੀ ਦਾ ਤੁਸੀਂ ਤੁਹਾਨੂੰ ਉਹਦਾ ਤੁਹਾਡੇ ਮਨ 'ਚ ਉਸ ਗੱਲ ਦਾ ਦੁੱਖ ਆ, ਹਰ ਗੁਰਸਿੱਖ ਦੇ, ਹਰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਦਿਲ ਦੇ ਵਿੱਚ, ਹਿਰਦੇ ਵਿੱਚ ਬਹੁਤ ਵੱਡਾ ਜ਼ਖਮ ਆ, ਬਹੁਤ ਵੱਡਾ ਅਫਸੋਸ ਆ ਕਿ ਇੱਦਾਂ ਗੁਰੂ ਸਾਹਿਬ ਦੇ ਸੰਬੰਧ ਵਿੱਚ ਇੱਦਾਂ ਹੋਣਾ ਨਹੀਂ ਸੀ ਚਾਹੀਦਾ ਪੰਜਾਬ ਵਿੱਚ, ਜਿਹੜਾ ਕਿ ਬਹੁਤ ਮੰਦਭਾਗਾ ਹੋਇਆ। ਪਰ ਤੁਸੀਂ 4.5 ਸਾਲ ਤੁਹਾਡੇ ਕੋਲ ਸੀਗੇ, ਟਾਈਮ ਥੋੜ੍ਹਾ ਰਹਿ ਗਿਆ ਹੁਣ ਤਾਂ ਮੋਹਰੇ, ਵੀ ਤੁਸੀਂ 4.5 ਸਾਲ ਦੇ ਵਿੱਚ ਤੁਸੀਂ ਸਿੱਟ ਬਣਾਈ, ਸਿੱਟ ਨੇ ਇੰਨਾ ਟਾਈਮ ਲਾਇਆ, ਇੰਨੇ ਰਿਸੋਰਸਿਸ ਲਾਏ, ਇੰਨਾ ਵੱਡੇ ਵੱਡੇ ਅਫਸਰਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਪੁਲਿਸ ਵਾਲਿਆਂ ਨੇ, ਵੀ ਜਦੋਂ ਉਹਨਾਂ ਤੁਸੀਂ ਸਾਰਾ ਉਸ ਸਿੱਟ ਦੀ ਰਿਪੋਰਟ ਲੈ ਕੇ ਹਾਈਕੋਰਟ ਗਏ, ਹਾਈਕੋਰਟ ਨੇ ਉਹਨੂੰ ਸਾਰੇ ਨੂੰ ਨਿਲ ਕਰਤਾ, ਖਤਮ ਕਰਤਾ, ਉਹਨੂੰ ਪਾਸੇ ਕਰਤਾ, ਵੀ ਕਹਿਤਾ ਬਿਲਕੁਲ ਇਹ ਆਪਣੇ ਰਿਪੋਰਟ ਆਪਣੇ ਇਹਦੇ 'ਤੇ ਕੋਈ ਬੇਬੁਨਿਆਦ ਰਿਪੋਰਟ ਆ, ਆਪਣੇ ਆਧਾਰਾਂ ਤੋਂ, ਆਪਣੇ ਤੱਥਾਂ ਤੋਂ ਬਹੁਤ ਦੂਰ ਆ, ਅਤੇ ਇਹਦਾ ਕੋਈ ਬੇਸ ਨਹੀਂ ਗਾ, ਕੋਈ ਆਧਾਰ ਨਹੀਂ, ਅਤੇ ਨਵੀਂ ਸਿੱਟ ਬਣਾਓ। ਜੇ 4.5 ਸਾਲ ਬਾਅਦ ਨਵੀਂ ਸਿੱਟ ਬਣ ਜਾ ਰਹੀ ਆ ਅਤੇ ਲੋਕ ਕੀ ਉਹਦੇ ਬਾਰੇ ਕਹਿ ਰਹੇ ਆ, ਲੋਕਾਂ ਦੇ ਮਨ 'ਚ ਇਹ ਆ ਕਿ ਸਿੱਟ ਤੋਂ ਕੁਛ ਨਹੀਂ ਲੱਭਣਾ, ਇੱਕ ਸਿੱਟ ਬਣ ਗਈ, ਦੋ ਹੁਣ ਬਣ ਗਈਆਂ, ਇੱਕ ਅੱਧੀ ਹੋਰ ਬਣ ਜੂਗੀ, ਸਿੱਟ ਬਣਾਉਣ ਨਾਲ ਇਕੱਲੀ ਇਹ ਮਤਲਬ ਇਹ ਨਹੀਂ ਕਿ ਆਪਣੇ ਇਸ ਸਿੱਟ ਕੋ ਅਲਾਦੀਨ ਦਾ ਚਲਾ ਗਿਆ, ਵੀ ਜਦੋਂ ਚਾਹੂਗੀ ਉਹ ਆਪਣੇ ਬੇਅਦਬੀ ਦਾ ਮਸਲਾ ਹੱਲ ਕਰ ਲਊਗੀ, ਨਹੀਂ। ਇਹ ਤਾਂ ਚਾਹੀਦਾ ਸੀਗਾ ਵੀ ਜਦੋਂ ਬੁਰਜ ਜਵਾਹਰ ਸਿੰਘ ਵਿਖੇ, ਬਰਗਾੜੀ ਵਿਖੇ, ਜਿੱਦਾਂ ਵੀ ਉੱਥੇ ਗੁਰੂ ਘਰਾਂ 'ਚ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਪਾਪੀਆਂ ਨੇ, ਇਹ ਸਰਕਾਰ ਨੂੰ ਚਾਹੀਦਾ ਸੀਗਾ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦਾ ਵਾਅਦਾ ਕੀਤਾ ਸੀ, ਪੰਥ ਨਾਲ ਤੁਸੀਂ ਇੱਕ ਵਚਨ ਕੀਤਾ ਸੀਗਾ, ਚਾਹੇ ਸਹੁੰ ਖਾਧੀ ਸੀ ਕਿਸੇ ਕਿਸਮ ਦੀ, ਤੁਹਾਨੂੰ ਚਾਹੀਦਾ ਸੀਗਾ ਕਿ ਇਹਨਾਂ ਇਸ ਸਮੇਂ 'ਚ ਤੁਹਾਡੇ ਕੋਲ ਬਹੁਤ ਲੰਬਾ ਸਮਾਂ ਸੀ, ਤੁਸੀਂ ਕਮਿਸ਼ਨ ਕਈ ਬਣਾਏ, ਤੁਹਾਨੂੰ ਚਾਹੀਦਾ ਸੀ ਕਿ ਜਿਹੜੇ ਪਾਪੀ ਸਨ ਉਹਨਾਂ ਨੂੰ ਕਲੀਅਰ ਕਰਦੇ, ਉਹਨਾਂ ਨੂੰ ਬਿਲਕੁਲ ਨੰਗੇ ਕਰਦੇ, ਉਹਨਾਂ ਦੇ ਨਾਮ ਨਸ਼ਰ ਕਰਦੇ ਪੰਜਾਬ ਦੇ ਲੋਕਾਂ ਦੇ ਅੱਗੇ ਕਿ ਆਹ A to Z ਆਹ ਬੰਦੇ ਨੇ ਜਿਨ੍ਹਾਂ ਨੇ ਆਪਣੇ ਇੱਥੇ ਜਿਹੜੀ ਸਾਜਿਸ਼ ਆਪਣੇ ਬਰਗਾੜੀ ਇੱਦਾਂ ਰਚੀ, ਬੁਰਜ ਜਵਾਹਰ ਸਿੰਘ ਵਿਖੇ ਇੱਦਾਂ ਸਾਜਿਸ਼ ਕੀਤੀ, ਇੱਦਾਂ ਉਹਨਾਂ ਨੇ ਉਹਨੂੰ ਅੰਜਾਮ ਦਿੱਤਾ, ਅਤੇ ਇਹ ਪਾਪੀ ਨੇ, ਅਤੇ ਇਹਨਾਂ ਪਾਪੀਆਂ ਨੂੰ ਹੁਣ ਸਜ਼ਾ ਮਿਲੂਗੀ ਆਪਣੇ ਜਿਹੜੀ ਸੂਬੇ ਦੀ ਹੈਗੀ ਅਦਾਲਤ ਆ, ਦੇਸ਼ ਦਾ ਜਿਹੜਾ ਕਾਨੂੰਨ ਆ ਉਹ ਵੀ ਸਜ਼ਾ ਦਊਗਾ, ਅਤੇ ਜਿਹੜਾ ਪਰਮਾਤਮਾ ਦੀ ਅਦਾਲਤ ਹੈ ਉਹ ਸਜ਼ਾ ਦਊਗੀ। ਇਹੀ ਸਵਾਲ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ 'ਤੇ ਵੀ ਖੜ੍ਹੇ ਕਰਦੇ ਸੀਗੇ ਜਦੋਂ ਟਵੀਟਾਂ ਦੇ ਹਮਲੇ ਕਰਦੇ ਸੀਗੇ, ਹੁਣ ਉਹਨਾਂ ਦੇ ਕੋਲ ਕਮਾਨ ਆ ਗਈ ਹੈ, ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਅੱਗੇ 2022 ਵੀ ਨੇੜੇ ਆ ਰਹੀ ਹੈ, ਕੋਈ ਵੱਡਾ ਐਕਸ਼ਨ ਲੈਣਗੇ ਬੇਅਦਬੀ ਦੇ ਮਸਲੇ 'ਤੇ? ਦੇਖੋ ਜੀ, ਆਪਣੇ ਇਹ ਤਾਂ ਸਰਕਾਰ ਨੇ ਕਰਨਾ ਹੁੰਦਾ ਆ, ਜੇ ਆਪਾਂ ਸਰਕਾਰ ਦਾ ਪਿਛਲਾ ਟਰੈਕ ਰਿਕਾਰਡ ਦੇਖੀਏ, ਨਵਜੋਤ ਸਿੰਘ ਸਿੱਧੂ ਸਰਕਾਰ ਵਿੱਚ ਸੀਗੇ ਜਦੋਂ ਆਪਣੇ ਇਹਨਾਂ ਨੇ CBI ਤੋਂ ਕੇਸ ਵਾਪਸ ਲਏ ਆ, ਜਦੋਂ ਮਤਾ ਪਾਇਆ ਪੰਜਾਬ ਅਸੈਂਬਲੀ 'ਚ, ਉਦੋਂ ਨਵਜੋਤ ਸਿੰਘ ਸਿੱਧੂ ਮਿਨਿਸਟਰ ਸੀਗੇ, ਸਾਰਾ ਕੁਛ ਜਿਹੜਾ ਸਿੱਟ ਬਣੀ ਆ, ਸਿੱਟ ਦੀ ਕਾਰਗੁਜ਼ਾਰੀ ਹੋਈ ਆ ਜਿਹੜੀ ਪਹਿਲੀ ਆ, ਉਹ ਸਿੱਧੂ ਸਾਹਿਬ ਆਪਣੇ ਉਸ ਸਰਕਾਰ ਦਾ ਹਿੱਸਾ ਸੀਗੇ, ਕਾਂਗਰਸ ਪਾਰਟੀ ਦੇ ਮੈਂਬਰ ਸੀਗੇ, MLA ਸੀਗੇ, ਜੇ ਮਿਨਿਸਟਰ ਤੋਂ ਬਾਹਰ ਰਿਜ਼ਾਈਨ ਕਰਨ ਤੋਂ ਬਾਅਦ 'ਚ ਫਿਰ ਵੀ ਉਹ ਆਪਣੀ ਪਾਰਟੀ ਦੇ ਇੱਕ ਇੰਪੋਰਟੈਂਟ ਆਪਣੇ ਸ਼ਖਸੀਅਤ ਸੀ, ਇੰਪੋਰਟੈਂਟ ਮੈਂਬਰ ਸੀਗੇ ਬਤੌਰ ਮੈਂਬਰ ਆਪਣੇ ਅਸੈਂਬਲੀ। ਅਤੇ ਫਿਰ ਜੇ 4.5 ਸਾਲ ਬਾਅਦ ਹੁਣ ਉਹਨਾਂ ਟਵੀਟ ਕਰਨਾ ਸ਼ੁਰੂ ਕਰਤਾ, ਚਾਹੇ ਕਿ ਆਪਣੇ ਜਿਹੜੀ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਆ ਆਪਣੇ ਕਾਂਗਰਸ ਪਾਰਟੀ ਦੀ ਦਿੱਲੀ ਬੈਠੀ ਆ, ਉਹਨਾਂ ਦੇ ਇਸ਼ਾਰੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜੀ ਦੇ ਵਿਰੁੱਧ ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਟਵੀਟ ਕੀਤੇ ਜਾਂ ਉਹਨਾਂ ਨੇ ਆਪਣੀ ਨਾਰਾਜ਼ਗੀ ਜਿਤਾਈ, ਪਰ ਇਹ ਇਕੱਲੇ ਟਵੀਟ ਕਰਨ ਦੇ ਨਾਲ ਬੇਅਦਬੀ ਦੇ ਮਸਲੇ ਜਾਂ ਹੋਰ ਜਿਹੜੇ ਸੀਰੀਅਸ ਮਸਲੇ ਨਹੀਂ ਹੱਲ ਹੋਣੇ। ਇਹ ਤਾਂ ਬੜੀ ਸਿੰਸੀਅਰ, ਡੈਡੀਕੇਟਿਡ, ਇਮਾਨਦਾਰੀ ਨਾਲ ਅਪਰੋਚ ਚਾਹੀਦੀ ਹੈ, ਫਿਰ ਮੈਂ ਕਹੂੰਗਾ
ਵੀ ਜੇ ਕੋਈ ਐਮ ਐਲ ਏ ਕੋਈ ਆਪਣੇ ਲੀਡਰ ਕਿਸੇ ਪਾਰਟੀ ਦਾ ਇਹ ਬੇਅਦਬੀ ਦੇ ਮਸਲੇ 'ਤੇ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰੂਗਾ ਨੁਕਸਾਨ ਉਹਦਾ ਹੀ ਹੋਣਾ ਆ। ਇਹਦੇ 'ਤੇ ਪੋਲੀਟਿਕਸ ਨਹੀਂ ਕਰਨੀ ਚਾਹੀਦੀ, ਇਹ ਇਸ ਮਸਲੇ 'ਤੇ ਇਮਾਨਦਾਰੀ ਨਾਲ ਇਹ ਆਪਣੇ ਕੰਮ ਕਰਨਾ ਚਾਹੀਦਾ, ਆਪਣਾ ਯੋਗਦਾਨ ਪਾਉਣਾ ਚਾਹੀਦਾ ਅਤੇ ਗੁਰੂ ਦੇ ਸੱਚੇ ਸਿੱਖ ਹੋਣ ਦਾ ਸਬੂਤ ਦੇਣਾ ਚਾਹੀਦਾ ਆ ਕਿ ਅਸੀਂ ਗੁਰੂ ਦੇ ਸੱਚੇ ਸਿੱਖ ਹਾਂ। ਇਸ ਕਰਕੇ ਅਸੀਂ ਉਹ ਜਿਹੜੇ ਬੰਦੇ ਖੜ੍ਹੇ ਆ, ਚਾਹੇ 10 ਆ, 20 ਆ, 50 ਆ, ਇਹਨਾਂ ਬੰਦਿਆਂ ਨੇ ਸਾਰੀ ਇਹ ਸਾਜਿਸ਼ ਰਚੀ ਸੀ, ਕੌਨਸਪਰੇਸੀ ਇਹਨਾਂ ਨੇ ਬਣਾਈ ਸੀ, ਆਹ ਇਹਨਾਂ ਨੇ ਅੰਜਾਮ ਦਿੱਤਾ ਆ, ਇੱਦਾਂ ਹੋਇਆ ਆ ਅਤੇ ਹੁਣ ਅਸੀਂ ਆਪਣੇ ਕਾਨੂੰਨ ਦੇ ਕਟਹਿਰੇ 'ਚ ਖੜ੍ਹੇ ਕਰਤੇ ਆ, ਇੱਥੇ ਉਹਨਾਂ ਨੂੰ ਸਜ਼ਾ ਮਿਲੂਗੀ ਅਤੇ ਉੱਤਰ ਦਰਗਾਹ ਵਿੱਚ ਵੀ ਉਹਨਾਂ ਨੂੰ ਸਜ਼ਾ ਮਿਲੂਗੀ। ਇਹਦੇ 'ਤੇ ਸਿਆਸੀ ਬਿਆਨ ਨਹੀਂ ਕੋਈ ਸਿੱਧੂ ਸਾਹਿਬ ਨੂੰ ਦੇਣਾ ਚਾਹੀਦਾ, ਅੱਗੇ ਆਪਣੇ ਚਾਹੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਬਾਦਲ ਸਾਹਿਬ ਨੂੰ ਜਾਂ ਕਿਸੇ ਨੂੰ ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਉਹ ਹਾਈਕੋਰਟ ਨੇ ਸਾਰਾ ਕੁਛ ਕੈਂਸਲ ਕਰਤਾ, ਹਾਈਕੋਰਟ ਨੇ ਸਾਰਾ ਕੁਛ ਉਹਨੂੰ ਆਪਣੇ ਖਤਮ ਕਰਤਾ, ਉਹਨੂੰ ਆਪਣੇ ਨਿਲ ਕਰਤਾ। ਜੇ ਹਾਈਕੋਰਟ ਨੇ ਉਹਨੂੰ ਨਿਲ ਕਰਤਾ ਤਾਂ ਫਿਰ ਆਪਾਂ ਵਾਰ ਵਾਰ ਉਹਨੂੰ ਕਿਉਂ ਦੁਬਾਰਾ ਫਿਰ ਦੁਹਰਾਉਣ ਦੀ ਕੋਸ਼ਿਸ਼ ਕਰਦੇ ਹਾਂ? ਫਿਰ ਤੁਹਾਨੂੰ ਚਾਹੀਦਾ ਆ ਕਿ ਜਿਹੜੇ ਪੁਲਿਸ ਅਫਸਰ ਕਸੂਰਵਾਰ ਨੇ ਉਹਨਾਂ ਨੂੰ ਆਪਣੇ ਲੋਕਾਂ ਮੂਹਰੇ ਕਲੀਅਰ ਕਰੋ ਕਿ ਆਹ ਆਪਣੇ ਇਹ ਆਹ ਅਫਸਰ ਆ ਜਿਹੜਾ ਜਿਹਦੇ ਕੋਲ ਆਹ ਅਹੁਦਾ ਸੀਗਾ, ਇਹਦੀ ਜ਼ਿੰਮੇਵਾਰੀ ਆ, ਗੋਲੀ ਇਹਨੇ ਚਲਾਈ, ਧੱਕਾ ਇਹਨੇ ਕੀਤਾ ਜਿਹੜਾ ਨਹੀਂ ਸੀ ਕਰਨਾ ਚਾਹੀਦਾ, ਬਿਲਕੁਲ ਲੋੜ ਨਹੀਂ ਸੀ ਗੋਲੀ ਚਲਾਉਣ ਦੀ। ਉੱਥੇ ਆਪਣੇ ਸ਼ਾਂਤਮਈ ਤਰੀਕੇ ਨਾਲ ਉਹ ਜਿਹੜੀ ਸੰਗਤ ਧਰਨਾ ਦੇ ਰਹੀ ਸੀ, ਵਿਰੋਧ ਕਰ ਰਹੀ ਸੀ, ਆਪਣਾ ਜਿਹੜਾ ਆਪਣਾ ਗੁੱਸਾ ਆਪਣੇ ਦਿਖਾ ਰਹੀ ਸੀਗੀ, ਪੀਸਫੁਲੀ ਕਰ ਰਹੇ ਸਨ। ਤਾਂ ਜਿਹੜੇ ਆਪਣੇ ਸੀਗੇ ਬੇਅਦਬੀ ਕਰਨ ਵਾਲੇ, ਚਾਹੇ ਉਹ ਡੇਰੇ ਦੇ ਪ੍ਰੇਮੀ ਸਨ, ਡੇਰੇ ਦੇ ਪੈਰੋਕਾਰ ਸਨ, ਡੇਰੇ ਦੇ ਸੇਵਾਦਾਰ ਸਨ ਜਾਂ ਕੋਈ ਹੋਰ ਸੀਗਾ, ਉਹਨੂੰ ਵੀ ਸਰਕਾਰ ਨੂੰ ਮੂਹਰੇ ਲਿਆਉਣਾ ਚਾਹੀਦਾ ਅਤੇ ਉਹਨਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਆ। ਇਹਦੇ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਸਿੱਧੂ ਸਾਹਿਬ ਅਗਰ ਸਿਆਸਤ ਕਰਨਗੇ ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਇਹਦਾ ਕੁਛ ਫਾਇਦਾ ਨਹੀਂ ਹੋਣਾ, ਇਹਦਾ ਨੁਕਸਾਨ ਹੋ ਸਕਦਾ ਆ। ਤੁਹਾਨੂੰ ਲੱਗਦਾ ਵੈਸੇ ਬਾਈ ਚੋਣਾਂ ਦੇ ਨਜ਼ਦੀਕ ਆ ਕੇ ਸਿੱਧੂ ਕੋਈ ਕਰਨਗੇ, ਜ਼ਰੂਰ ਐਕਸ਼ਨ ਲੈਣਗੇ ਜਾਂ ਬਾਦਲ ਪਰਿਵਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਊ ਦੁਬਾਰਾ? ਦੇਖੋ ਜੀ, ਇਹ ਤਾਂ ਹੁਣ ਉਹਨਾਂ ਦੀ ਆਪਣੀ ਸੋਚ ਆ, ਉਹਨਾਂ ਦੀ ਸੋਚ ਬਾਰੇ ਮੈਂ ਕੀ ਕਹਿ ਸਕਦਾ, ਬਟ ਫਿਰ ਮੈਂ ਕਹੂੰਗਾ ਕਿ ਤੁਹਾਡੇ ਸਿਆਸੀ ਵਿਰੋਧੀ ਲੱਖ ਹੋਣਗੇ, ਠੀਕ ਹੈ। ਕਾਂਗਰਸ ਅਕਾਲੀ ਦਲ ਦੋ ਪਾਰਟੀਆਂ, ਦੋ ਪੋਲਸ ਨੇ ਪੰਜਾਬ ਦੀ ਆਪਣੇ ਪੋਲੀਟੀਕਲ ਸਪੈਕਟਰਮ ਵਿੱਚ, ਅਤੇ ਦੋ ਕੇਂਦਰ ਬੰਧੂ ਨੇ ਪੰਜਾਬ ਦੀ ਸਿਆਸਤ ਵਿੱਚ, ਇਹ ਤਾਂ ਰਹਿਣਾ ਹੀ ਆ। ਅਤੇ ਜੇ ਹੁਣ ਕਹੀਏ ਵੀ ਆਪਣੇ ਕਾਂਗਰਸੀ ਸਾਡੇ ਦੁਸ਼ਮਣ ਆ, ਅਸੀਂ ਨਹੀਂ ਕਹਿੰਦੇ, ਅਤੇ ਜੇ ਉਹ ਕਹਿਣ ਕਿ ਅਕਾਲੀ ਦਲ ਸਾਡਾ ਵੈਰੀ ਆ, ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ, ਨਾ ਅਸੀਂ ਉਹਨਾਂ ਦੇ ਦੁਸ਼ਮਣ ਨਾ ਸਾਡੇ ਉਹ ਵੈਰੀ, ਠੀਕ ਹੈ। ਦੋ ਪਾਰਟੀਆਂ ਨੇ ਸਾਂਝਾਂ ਪੁਰਾਣੀਆਂ ਨੇ, ਪਰਿਵਾਰਕ ਸਾਂਝਾਂ ਵੀ ਹੈਗੀਆਂ, ਬਟ ਜੇ ਕਿਸੇ ਲੀਡਰ ਦੀ ਕੋਈ ਕਤਾਈ ਹੋਈ ਆ, ਜੇ ਕਿਸੇ ਲੀਡਰ ਨੇ ਕੋਈ ਆਪਣੀ ਗਲਤ ਜਿਹੜੀ ਕਾਰਵਾਈ ਕੀਤੀ ਆ ਜਾਂ ਉਹਦੀ ਕੋਈ ਜ਼ਿੰਮੇਵਾਰੀ ਪਾਈ ਗਈ ਆ, ਉਹ ਤਾਂ ਫਿਰ ਲੋਕਾਂ ਸਾਹਮਣੇ ਬਹੁਤ ਦੇਰ ਪਹਿਲਾਂ ਆਉਣੀ ਚਾਹੀਦੀ ਸੀਗੀ। ਅਤੇ ਜੇ ਹੁਣ ਆਪਾਂ ਸਿੱਧੂ ਸਾਹਿਬ ਕਹਿਣ ਕਿ ਮੈਂ ਬਾਦਲ ਸਾਹਿਬ ਨੂੰ ਜਾਂ ਬਾਦਲ ਪਰਿਵਾਰ ਨੂੰ ਜਾਂ ਅਕਾਲੀ ਦਲ ਦੇ ਕਿਸੇ ਵੀ ਜ਼ਿੰਮੇਵਾਰ ਆਪਣੇ ਸਿਆਸੀ ਲੀਡਰ ਨੂੰ ਜੇ ਮੈਂ ਇਸ ਗੱਲ 'ਤੇ ਆਪਣੇ ਘੇਰਨਾ ਆ ਜਾਂ ਇਸ ਗੱਲ ਵਿੱਚ ਸ਼ਾਮਿਲ ਕਰਨਾ ਆ, ਉਹ ਸਿਆਸਤ ਤਾਂ ਆਪਣੇ ਤੌਰ 'ਤੇ ਤਾਂ ਹੋ ਸਕਦਾ, ਸਿਆਸੀ ਤੌਰ 'ਤੇ ਮਤਲਬ ਉਹ ਜਿਹੜਾ ਸੱਚਾਈ ਆ ਜਾਂ ਜਿਹੜਾ ਕਾਨੂੰਨ ਕਹਿੰਦਾ ਆ ਜਾਂ ਜਿਹੜਾ ਆਪਣੇ ਐਡਾ ਆਪਣਾ ਸੀਰੀਅਸ ਇਸ਼ੂ ਆ ਬੇਅਦਬੀ ਦਾ, ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਣਗੇ। ਹਾਂ, ਸਿਆਸੀ ਤੌਰ 'ਤੇ ਕਿੰਨੇ ਕਾਮਯਾਬ ਹੋਣਗੇ ਇਹ ਤਾਂ ਲੋਕ 2022 ਵਿੱਚ ਉਹਦਾ ਰਿਜ਼ਲਟ ਦੇ ਹੀ ਦੇਣਗੇ, ਬਟ ਨਹੀਂ ਇੱਦਾਂ ਉਹਨਾਂ ਨੂੰ ਇੱਕ ਵੈਰ ਆਪਣੇ ਕਮਾਉਣ ਖਾਤਰ ਜਾਂ ਵਿਰੋਧ ਜਿਤਾਉਣ ਖਾਤਰ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਖਾਤਰ ਉਹਨਾਂ ਨੂੰ ਬੇਅਦਬੀ ਦੇ ਮਸਲੇ 'ਚ ਸਿਆਸਤ ਨਹੀਂ ਲਿਆਉਣੀ ਚਾਹੀਦੀ। ਹਾਂ, ਹੋਰ ਬੜੇ ਮਸਲੇ ਆ, ਤੁਸੀਂ ਇਹਨਾਂ ਨੂੰ ਟੇਕਅਪ ਕਰੋ, ਪੰਜਾਬ ਦੇ ਹੋਰ ਜਿਹੜੇ ਡਿਵੈਲਪਮੈਂਟਲ ਇਸ਼ੂਜ਼ ਆ ਉਹਨਾਂ ਨੂੰ ਲੈ ਕੇ ਆਓ ਤੁਸੀਂ, ਵੀ ਕਾਂਗਰਸ ਨੇ ਕੀ ਕੀਤਾ, ਕਾਂਗਰਸ ਕੀ ਕਰਨਾ ਚਾਹੁੰਦੀ ਆ, ਅਕਾਲੀ ਦਲ ਨੇ ਕੀ ਕੀਤਾ, ਤੁਸੀਂ ਉਹਨੂੰ ਕਿੱਦਾਂ ਲੈਂਦੇ ਆ। ਇਹਨੂੰ ਤਾਂ ਪਿਓਰਲੀ ਧਾਰਮਿਕ ਮਸਲਾ ਹੈ ਬੇਅਦਬੀ ਦਾ, ਅਤੇ ਇਹਨੂੰ ਧਾਰਮਿਕ ਤੌਰ 'ਤੇ ਨਜਿੱਠਣਾ ਚਾਹੀਦਾ ਆ, ਤਾਂ ਹੀ ਪੰਥਕ ਸਫਾ ਵਿੱਚ ਸ਼ਾਂਤੀ ਆਊਗੀ, ਤਾਂ ਹੀ ਆਪਣੇ ਗੁਰੂ ਕੀ ਸੰਗਤ ਆਪਣੇ ਸਰਕਾਰ 'ਤੇ ਵਿਸ਼ਵਾਸ ਕਰੂਗੀ। ਜੇ ਇਹਨੂੰ ਫਿਰ ਸਿਆਸੀ ਆਪਣੇ ਰੰਗਤ ਦੇਵਾਂਗੇ, ਇਹਨੂੰ ਸਿਆਸੀ ਨਿਗਾਹ ਨਾਲ ਦੇਖਾਂਗੇ, ਤਾਂ ਲੋਕਾਂ ਨੇ ਸਿੱਧੂ ਸਾਹਿਬ 'ਤੇ ਵੀ ਵਿਸ਼ਵਾਸ ਨਹੀਂ ਕਰਨਾ। ਅੱਛਾ, 2022 ਦੇ ਵਿੱਚ ਅਕਾਲੀ ਦਲ ਚੁਣੌਤੀ ਕਿਹਨੂੰ ਸਮਝਦਾ, ਸਿੱਧੂ ਦੀ ਪ੍ਰਧਾਨਗੀ ਨੂੰ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ? ਇੱਦਾਂ ਜੀ, ਵੀ ਜਿਹੜੀਆਂ ਦੋ ਮੁੱਖ ਪਾਰਟੀਆਂ ਨੇ ਪੰਜਾਬ ਵਿੱਚ ਉਹ ਹੈਗੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਦਾ ਲੋਕ ਸਭਾ ਵਿੱਚ ਵੀ ਇਹਨਾਂ ਦੋਵਾਂ ਪਾਰਟੀਆਂ ਮੁਕਾਬਲਾ ਹੋਇਆ ਜਿਹੜੇ ਪਿੱਛੇ ਲੋਕ ਸਭਾ ਇਲੈਕਸ਼ਨਸ ਹੋਈਆਂ। ਹੁਣ ਵੀ ਅਸੀਂ ਸਮਝਦੇ ਹਾਂ ਕਿ ਦੋ ਆਪਣੇ ਪੁਰਾਣੀਆਂ ਪੁਰਾਤਨ ਪਾਰਟੀਆਂ ਆ ਜਿਹੜੇ ਜਿਨ੍ਹਾਂ ਦੀ ਲੜਾਈ ਹੋਣੀ ਆ ਪੰਜਾਬ ਵਿੱਚ, ਉਹ ਠੀਕ ਆ, ਹੋਰ ਆਪਣੇ ਖੱਬੇ ਸੱਜੇ ਹੋਰ ਜਿਹੜੀਆਂ ਪਾਰਟੀਆਂ ਉਹ ਵੀ ਕੋਸ਼ਿਸ਼ ਕਰਨਗੀਆਂ। ਲੋਕਤੰਤਰ ਆ, ਹਰ ਪਾਰਟੀ ਨੂੰ ਆਪਣਾ ਅਧਿਕਾਰ ਆ
हर व्यक्ति को अपना राइट हैगा आ कि लोगों को जा सकता आ अपने इस इलेक्शन विच वोटा मंगण लई या अपना जिहड़ा एजेंडा लैके अपना प्रोग्राम लैके अपनी जिहड़ी विजन लैके पंजाब वास्ते। बट ये कांग्रेस पार्टी का चाहे सिद्धू साहब प्रधान ने चाहे कैप्टन अमरिंदर सिंह जी अपने प्रधान ने जिहड़ी 4.5 साल या 5 सालों की कारगुजारी आ लोगों ने उत्ते फतवा देना आ उन्हां तुसीं 5 साल की किया आ कोविड दौरान की किया तुसीं आ खेती के कानूनों के मुतलक तुहाडा की योगदान रहा। तो मैं तो समझदा कि लोग बड़े सियाने आ लोग सारा समझते आ हुण मैं फिर कहूँगा कि ये कोई देखो जादू की छिड़ी रहनी गई सिद्धू साहब को कि वह जादू की छिड़ी फेर के तो कांग्रेस को दोबारा कायम कर देंगे कांग्रेस को अपने द्वारा फिर वो हवा भर देंगे। कांग्रेस का जो हालात ने कांग्रेस अपने गवर्नमेंट के अपने सारे सामने ही आ ठीक आ सिद्धू साहब का चेहरा सिद्धू साहब का नाँ लोगों उन्होंने जो फैन फॉलोइंग आगा आज कोई आप इनकार नहीं कर सकते जिते उन्होंने गल हैगी एज उन्होंने स्टार अपील उन्होंने गलबात करने का तरीका शेरो शायरी वो दैट इज़ डिफरेंट अपने पार्ट वो अलहदा हिस्सा आ बट पॉलिटिक्स में फिर मैं कहूँगा तुम्हें बहुत सीरीयस होकर चलना पैदा थोड़े को विजन चाहिए आड़े को प्लैन चाहिए थोड़े को प्रोग्राम चाहिए फिर थोड़े को कारगुजारी होनी चाहिए आ कि तुम पिछले जे 15-20 साल 25 साल तुम सियासत के खेत्र रहे हो भी तुम किया चाहे तुम पार्लीमेंट में है सिद्धू साहब ने पार्लीमेंट में की किया पंजाब लई सिद्धू साहब ने असैम्बली में की किया पंजाब लई सिद्धू साहब जो बीजेपी से उदों की किया बीजेपी लई मतलब कली देखो कली फिर मैं कहूँगा कल अपने शेरो शायरी ना तो कल अपनी जी है वो ना अपने ना कह लो स्टार अपील ना या अपनी अपने स्पीचस के नाल या अपनी होर जो थोड़े को गुण आ उन्होंने कल्या ना नहीं आप मसले हल कर सकते पंजाब तो बहुत व्डे व्डे चैलेंजस का सामना करना पै रहा जिहड़ा कि कैप्टन अमरिंदर सिंह जी कहिंदे सी मैं करूँगा सिद्धू साहब ने भी कहा हुण जे मैं कहां कि ठीक आ सिद्धू साहब का एजेंडा आ उन्हां दा एक स्लोगन आ जितेगा पंजाब ठीक है जितेगा पंजाब सानू बड़ा चंगा लगता कि पंजाब जितना चाहिए हर हीले वसीले पंजाब अगे होना चाहिए अगे वधना चाहिए पंजाब की तरक्की होनी चाहिए आ प्रोग्रेस चाहिए आ बट अगेन उहदे वास्ते सोच की आ विजन की आ तुहाडा प्रोग्राम की आ तुहाडी पॉलिसी की आ अजे तो कोई नहीं आई कला जितेगा स्लोगन तो आप ला ही सकते हैं तो वह तो असी भी कहने बड़ा चंगा आ बट वो बैकग्राउंड उन्होंने इंप्लीमेंट किए करोगे तुम जी गलती कैप्टन अमरिंदर सिंह अपने ट्वीट्स दे अपने जरिए आखियाँ कैप्टन अमरिंदर सिंह एक तरह का तुम चार्जशीट किया जो 18 पॉइंट एजेंडा केंद्र ने केंद्र की अपने कांग्रेस की लीडरशिप ने चाहे सोनिया गांधी जी सन राहुल गांधी जी सन या होर सन उन्होंने ये चार्जशीट करके भेजा पंजाब की कांग्रेस सरकार को भी 18 पॉइंट्स ने जिते तुम फेल हो गए हो अपने कांग्रेस की सरकार फेल रही है भी ये तो सानू करके दिखाओ 3 महीनों की करोगे उन्होंने कैप्टन अमरिंदर सिंह जी ने टाइम दिता सी सानू 3 महीने या जिन्ना भी टाइम से सानू कोई एक्टिविटी करके दिखाओ ये कोई प्राप्ति करके दिखाओ ये कोई अपना अपनी जी कारगुजारी दसो सानू की है। दैट मीनस कैप्टन अमरिंदर सिंह वॉज चार्जशीटेड अपने भाई दोज 18 पॉइंट्स जिहड़ा कि सिद्धू साहब भी 18 नुक्ती प्रोग्राम दस रहे वो तो तुहाडी सरकार दे उल्टे आ भी तुहाडे तो होया कुछ नहीं गा तो हुण 54 महीनों की कर सकोगे तुसीं ये मैं तो सानू तो कोई बहुत आस नहीं लगती हैगी। अच्छा जिदा तुसीं सियासी नज़र दे नाल देख रहे हो कि प्री प्लैन सारा किया गया कैप्टन अमरिंदर सिंह नूं चार्जशीट किया गया तुहानूं लगता कि हाईकमान 2022 च कैप्टन नूं पिछे करके नवजोत सिंह सिद्धू नूं अगे लैके आ रही मुख्यमंत्री दे चेहरे लई? इस समय तो जिहड़ी जो हालात ने कांग्रेस पार्टी के सारे के सामने आ कैप्टन अमरिंदर सिंह भी चलो बड़े कद काठ वाले लीडर सीगे पंजाब के 2 बार मुख्यमंत्री रहे तो उन्होंने सरकार चलाई अपनी तो पर यह भी जो हुण दे हालात आ उह तों लगता कि अपने कैप्टन अमरिंदर सिंह जी नूं इह जिहड़ा सारा जो भी ये अपने सिलसिला चल रहा जिहड़ा प्लैन बन के जिहड़ा इंप्लीमेंट होया जिहड़ा फैसला लिया सिद्धू साहब नूं प्रधान बनाउण दा उहदे पिछे लगता कि कैप्टन साहब नूं पासे करनगे खुडे लाउणगे तो अपने जिहड़े नवजोत सिंह सिद्धू आ उन्हां नूं अपने मेन जिहड़ा चेहरा उन्हां नूं मूहरे लियाउणा चाहुंदी है जिहड़ी कांग्रेस की केंद्र की लीडरशिप या कोई स्टेट के लीडर आ हुण इह तां टाइम दसूगा कि कैप्टन अमरिंदर सिंह की करते आ कैप्टन अमरिंदर सिंह की इहनूं इदां ही लै लैणगे कैप्टन अमरिंदर सिंह की एवें छड्ड देणगे मैदान अपना ये भी देखो लोगों के मन च बड़ी इस गल की चर्चा आ लोग ये गल की गल करते लोग ये महसूस करते आ कि जिहड़ा इन्हां दी कांग्रेस पार्टी की लड़ाई आ इत्थे तां खत्म हो नहीं गई ये तो होर वधनी अगे जाके
ਇਹੀ ਚਰਚਾ ਹੁੰਦੀ ਹੈ, ਇੱਕ ਤੁਹਾਡਾ ਕਹਿੰਦਾ ਕਿ ਚੰਗਾ ਫੈਸਲਾ, ਇੱਕ ਕਹਿੰਦਾ ਕਿ ਇਹਦੇ ਨਾਲ ਨੁਕਸਾਨ ਹੋਇਆ। ਸਿਆਸੀ ਤੌਰ 'ਤੇ ਤੁਸੀਂ ਕੀ ਦੇਖਦੇ ਹੋ, ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਇਆ ਕਿ ਜਾਂ ਫਾਇਦਾ ਹੋਵੇਗਾ? ਮੈਂ ਹਜੇ ਤਾਂ ਦੇਖੋ ਇਹਦੇ ਮੁਤਲਕ ਨਾ ਨੁਕਸਾਨ ਨਾ ਫਾਇਦਾ ਕੁਛ ਨਹੀਂ ਕਹੂੰਗਾ, ਬਿਕੋਜ਼ ਫਿਰ ਮੈਂ ਕਹਿੰਦਾ ਇਟ ਇਜ਼ ਟੂ ਅਰਲੀ ਟੂ ਟੇਕ ਅ ਕਾਲ। ਇਹ ਤਾਂ ਸਮਾਂ ਦੱਸੂਗਾ ਕਿ ਨਵਜੋਤ ਸਿੰਘ ਸਿੱਧੂ ਜੀ ਦੇ ਪ੍ਰਧਾਨ ਬਣਨਾ ਕਾਂਗਰਸ ਦਾ ਫਾਇਦਾ ਹੁੰਦਾ, ਕਾਂਗਰਸ ਬੈਨੀਫਿਟ ਕਰਦੀ ਆ, ਕਾਂਗਰਸ ਮਜ਼ਬੂਤ ਹੁੰਦੀ ਆ, ਜਾਂ ਜਿਹੜਾ ਇਹਨਾਂ ਦਾ ਆਪਸ ਵਿੱਚ ਹੋਰ ਜਿਹੜੀ ਦੁਬਧਾ ਆ, ਇਹਨਾਂ ਦਾ ਜਿਹੜਾ ਝਗੜਾ ਆ, ਕਲੇਸ਼ ਕਹਿ ਲਓ ਜਾਂ ਮਤਲਬ ਇਹਨਾਂ ਦਾ ਸੰਕਟ ਆ, ਹੋਰ ਉਹ ਆਪਣੇ ਗੂੜ੍ਹਾ ਹੁੰਦਾ, ਹੋਰ ਉਹ ਜ਼ਿਆਦਾ ਆਪਣੇ ਗਹਿਰਾ ਹੁੰਦਾ ਆ, ਜਾਂ ਹੋਰ ਉਹ ਦਲਦਲ ਵਿੱਚ ਫਸਦੇ ਆ, ਇਹ ਤਾਂ ਟਾਈਮ ਦੱਸੂਗਾ। ਪਰ ਇਹ ਮੈਂ ਇਸ ਵੇਲੇ ਕਹਿ ਸਕਦਾ ਕਿ ਹਜੇ ਸਾਰਾ ਕੁਝ ਠੀਕ ਨਹੀਂ ਗਾ ਕਾਂਗਰਸ ਪਾਰਟੀ 'ਚ। ਅੱਛਾ, ਲੱਗਦਾ ਜੇਕਰ 2022 'ਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਂਦੀ ਹੈ ਹਾਈਕਮਾਂਡ, ਤਾਂ ਕੈਪਟਨ ਅਮਰਿੰਦਰ ਸਿੰਘ ਨੁਕਸਾਨ ਕਰ ਸਕਦੇ ਕਾਂਗਰਸ ਦਾ? ਇਸ ਵੇਲੇ ਤਾਂ ਬਿਲਕੁਲ ਆਪਣੇ ਇਹ ਕਲੀਅਰ ਤਸਵੀਰ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੌਜੂਦਾ ਮੁੱਖ ਮੰਤਰੀ ਆ, ਜਿਹੜੇ ਆਪਣੇ ਇੰਨਾ ਲੰਬਾ ਸਮਾਂ ਜਿਹਨਾਂ ਨੇ ਪੰਜਾਬ ਵਿੱਚ ਆਪਣਾ ਕਾਂਗਰਸ ਪਾਰਟੀ ਨੂੰ ਲੀਡ ਕੀਤਾ, ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਗਏ ਉਹ ਨਵਜੋਤ ਸਿੰਘ ਸਿੱਧੂ ਹੋਣਾ ਨੂੰ। ਹਾਂ ਠੀਕ ਹੈ, ਜੇ ਉਹਨਾਂ ਦੀ ਕੁਐਸਚਨ ਬਣ ਜਾਵੇ, ਜੇ ਉਹਨਾਂ ਦਾ ਆਪਸ ਵਿੱਚ ਉਹਨਾਂ ਦੀ ਜਿਹੜੀ ਹੈਗੀ ਕੋਆਰਡੀਨੇਸ਼ਨ ਬਣ ਜਾਵੇ, ਉਹ ਕੋਆਪਰੇਟ ਕਰਨਾ ਸ਼ੁਰੂ ਕਰਨ ਇੱਕ ਦੂਜੇ ਨਾਲ, ਫਿਰ ਹੋ ਸਕਦਾ ਆਪਣੇ ਹਾਲਾਤ ਬਦਲ ਜਾਣ। ਪਰ ਅੱਜ ਨਾ ਉਹਨਾਂ ਦੀ ਕੋਆਰਡੀਨੇਸ਼ਨ, ਨਾ ਉਹਨਾਂ ਦੀ ਕੋਆਪਰੇਸ਼ਨ, ਨਾ ਉਹਨਾਂ ਦਾ ਇੱਕ ਦੂਜੇ ਦਾ ਆਪਣੇ ਬੋਲਣਾ ਚਾਲਣਾ, ਤਾਂ ਬਹੁਤ ਦੂਰ ਦੀ ਗੱਲ ਆ। ਅਤੇ ਅੱਜ ਤਾਂ ਇਹੀ ਕਹਾਂਗੇ ਕਿ ਉਹ ਆਪਣੇ ਬਹੁਤ ਦੂਰ ਆ ਆਪਸ ਵਿੱਚ ਉਹ, ਹਜੇ ਉਹਨਾਂ ਦੇ ਬਹੁਤ ਆਪਣੇ ਅੰਤਰ ਆ, ਬੜਾ ਉਹਨਾਂ ਦਾ ਆਪਣੇ ਹੈਗਾ ਫਰਕ ਆ ਵਿਚਾਰ ਦਾ, ਸੋਚ ਦਾ, ਅਤੇ ਆਪਣੀ ਜਿਹੜੀ ਹੈਗੀ ਗੁੱਸੇ ਗਿਲਿਆਂ ਦਾ, ਅਤੇ ਉਹ ਨੇੜੇ ਹੁੰਦੇ ਨਹੀਂ ਹੁੰਦੇ ਟਾਈਮ ਦੱਸੂਗਾ। ਪਰ ਜੇ ਨੇੜੇ ਨਾ ਹੋਏ ਤਾਂ ਫਿਰ ਤਾਂ ਨੁਕਸਾਨ ਹੋਣਾ ਹੀ ਹੋਣਾ ਆ ਕਾਂਗਰਸ ਪਾਰਟੀ ਦਾ, ਅਤੇ ਪੰਜਾਬੀ ਸਾਰੇ ਇਸ ਗੱਲ ਦੀ ਚਰਚਾ ਕਰਦੇ ਆ। ਇਹਦਾ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਸਿੱਧਾ ਸਿੱਧਾ ਕਿ ਜਾਂ ਆਮ ਆਦਮੀ ਪਾਰਟੀ ਨੂੰ ਹੋਵੇਗਾ ਜੇ ਇੱਦਾਂ ਹੁੰਦਾ ਤਾਂ? ਮੈਂ ਫਿਰ ਕਹੂੰਗਾ ਜੀ ਕਿ ਜਿਹੜੀ ਮੇਨ ਧਿਰ ਆ, ਜਿਹੜਾ ਮੁਕਾਬਲਾ ਹੋਣਾ ਕਾਂਗਰਸ ਨਾਲ ਹੋਇਆ ਅਕਾਲੀ ਦਲ, ਠੀਕ ਹੈ, ਦੂਜੀਆਂ ਧਿਰਾਂ ਕੋਈ ਥੋੜ੍ਹਾ ਬਹੁਤਾ ਸਪੇਸ ਲੈਣਾ ਚਾਹੁੰਦੀਆਂ ਆ। ਅਸੀਂ ਦੇਖੋ ਤੁਹਾਡੇ ਆਪਣੇ ਟੀ ਵੀ ਪੰਜਾਬ ਦੇ ਮਾਧਿਅਮ ਰਾਹੀਂ ਮੈਂ ਹੱਥ ਜੋੜ ਕੇ ਇਹ ਬੇਨਤੀ ਵੀ ਕਰਦਾ, ਅਪੀਲ ਵੀ ਕਰਦਾ, ਅਤੇ ਆਪਣੀ ਜਿਹੜੀ ਹੈਗੀ ਵਿਸ਼ਵਾਸ ਵੀ ਜਿਤਾਉਣਾ ਚਾਹੁੰਦਾ ਸਾਰੇ ਪੰਜਾਬੀਆਂ ਨਾਲ, ਸਾਰੇ ਆਪਣੇ ਜਿਹੜੇ ਵੋਟਰ ਸਹਿਮਾਨ ਨੇ, ਬਜ਼ੁਰਗ ਵੀਰ ਮਾਤਾਵਾਂ ਭੈਣਾਂ ਨੇ, ਨੌਜਵਾਨ ਨੇ ਜਿਨ੍ਹਾਂ ਨੇ ਫੈਸਲਾ ਕਰਨਾ 2022 ਵਿੱਚ ਵੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ, ਠੀਕ ਹੈ ਪਿੱਛੇ ਜੇ ਗਲਤੀਆਂ ਹੋਈਆਂ, ਉਹਨਾਂ ਨੇ ਬੜਾ ਖਮਿਆਜ਼ਾ ਭੁਗਤਿਆ, ਕਈ ਗਲਤ ਫੈਸਲੇ ਲਏ, ਪਰ ਅਸੀਂ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ ਚਾਹੁੰਦੇ ਹਾਂ ਕਿ ਆਉਣ ਵਾਲਾ ਸਮਾਂ ਅਗਰ ਪੰਜਾਬ ਦੇ ਲੋਕ ਅਕਾਲੀ ਦਲ ਦਾ ਸਾਥ ਦੇਣਗੇ, ਜੋ ਸਾਨੂੰ ਉਮੀਦ ਆ ਕਿ ਆਪਣੇ ਉਹ ਲੋਕ ਮਨ ਬਣਾ ਰਹੇ ਆ ਕਿ ਇਹ ਜਿਹੜਾ ਲੜਾਈ ਹੋਣੀ ਆ ਕਾਂਗਰਸ ਅਤੇ ਅਕਾਲੀ ਦਲ ਦੀ, ਜਿਹੜੀ ਤੁਸੀਂ ਪੁੱਛੀ ਆ, ਬਾਕੀ ਠੀਕ ਆ ਥੋੜ੍ਹੀ ਬਹੁਤੀ ਸਪੇਸ ਕਿਤੇ ਨਾ ਕਿਸੇ ਖੇਤਰ 'ਚ ਕਿਸੇ ਪਾਰਟੀ ਨੂੰ ਮਿਲ ਸਕਦੀ ਹੈ, ਚਾਹੇ ਕੋਈ ਹੋਰ ਪਾਰਟੀ ਹੋਵੇ, ਪਰ ਅਸੀਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਆਪਣੇ ਟੀ ਵੀ ਪੰਜਾਬ ਦੇ ਤੁਹਾਡੇ ਮਾਧਿਅਮ ਰਾਹੀਂ ਕਿ ਅਕਾਲੀ ਦਲ ਦੀ ਲੀਡਰਸ਼ਿਪ, ਅਕਾਲੀ ਦਲ ਦੇ ਜਿਹੜੇ ਆਪਣੇ ਸੇਵਾਦਾਰ ਨੇ, ਪੰਜਾਬ ਦੀ ਪੰਜਾਬੀਆਂ ਦੀ ਇਮਾਨਦਾਰੀ ਨਾਲ, ਨੇਕ ਨੀਤੀ ਨਾਲ ਸੇਵਾ ਕਰਨਾ ਚਾਹੁੰਦੇ ਆ ਅਤੇ ਕਰਨਗੇ ਸੇਵਾ। ਅਸੀਂ ਬਿਲਕੁਲ ਇਹਦੇ 'ਚ ਕੋਈ ਖੱਟੀ ਨਹੀਂ ਖੱਟਣੀ, ਕੋਈ ਸਾਡਾ ਹੋਰ ਏਜੰਡਾ ਨਹੀਂ ਗਾ, ਕੋਈ ਸਾਡਾ ਹੋਰ ਮਨੋਰਥ ਨਹੀਂ ਗਾ, ਕੋਈ ਸਾਡੀ ਹੋਰ ਆਪਣੇ ਦੇ ਵਿੱਚ ਸੋਚ ਨਹੀਂ, ਸਿਰਫ ਇੱਕੋ ਹੀ ਆ ਪਰਸਨਲ ਕੋਈ ਮੋਟਿਵ ਨਹੀਂ ਗਾ। ਅਸੀਂ ਚਾਹੁੰਦੇ ਹਾਂ ਕਿ ਚੰਗੀ ਲੀਡਰਸ਼ਿਪ ਆਵੇ, ਚੰਗੀ ਸਰਕਾਰ ਆਵੇ, ਲੋਕਾਂ ਦੀ ਆਸਾਂ 'ਤੇ ਪੂਰਾ ਉਤਰੇ, ਇਮਾਨਦਾਰੀ ਨਾਲ ਕੰਮ ਕਰੇ, ਨੇਕ ਨੀਤੀ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇ, ਲੋਕਾਂ ਲਈ ਕੰਮ ਕਰੇ, ਆਪਣੇ ਲਈ ਨਹੀਂ ਕੰਮ ਕਰਨਾ। ਅਸੀਂ ਕੋਈ ਆਪਣੀ ਜੇਬਾਂ ਨਹੀਂ ਭਰਨੀਆਂ, ਅਸੀਂ ਲੋਕਾਂ ਵਾਸਤੇ ਕੰਮ ਕਰਨਾ, ਪੰਜਾਬ ਦੀ ਤਰੱਕੀ ਦਾ ਕੋਈ ਅਸੀਂ ਰਾਹ ਲੱਭਣਾ ਆ, ਪੰਜਾਬ ਨੂੰ ਇਸ ਦਲਦਲ ਤੋਂ ਚੱਕਣਾ ਚਾਹੁੰਦੇ ਹਾਂ ਜਿਹੜਾ ਕਿ ਪਿਛਲੇ ਇੰਨੇ ਸਾਲਾਂ ਤੋਂ 2-4-5 ਮਸਲਿਆਂ 'ਚ ਪੰਜਾਬ ਸਾਰਾ ਘਿਰਿਆ ਰਿਹਾ। ਚਾਹੇ ਕੋਈ ਪਾਰਟੀ ਆਈ ਤਾਂ ਉਹ ਇੱਕ ਦੂਜੇ 'ਤੇ ਦੋਸ਼ ਲਾਉਂਦੇ ਰਹੇ ਕਿ ਫਲਾਣੇ ਨੇ ਇਹ ਕਰਤਾ, ਧਿਮਕੜੇ ਨੇ ਉਹ ਕਰਤਾ, ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਅਤੇ ਵੱਡਾ ਜਿਹੜਾ ਪਲਾਨ ਬਣਾਉਣਾ ਚਾਹੀਦਾ ਪੰਜਾਬ ਵਾਸਤੇ। ਅੱਛਾ ਵਡਾਲਾ ਸਾਹਿਬ, ਇਹ ਇੱਕ ਮਸਲਾ ਹੋਰ ਵੀ ਬੜਾ ਅੱਜ ਕੱਲ੍ਹ ਉੱਭਰਦਾ ਨਜ਼ਰ ਆ ਰਿਹਾ, 2022 ਦੇ ਵਿੱਚ ਮੈਨੂੰ ਲੱਗਦਾ ਵੱਡਾ ਮਸਲਾ ਹੋਵੇਗਾ ਬਿਜਲੀ ਦਾ ਮੁੱਦਾ। ਬਿਜਲੀ ਦੇ ਮੁੱਦੇ ਦੇ ਉੱਪਰ ਅਰਵਿੰਦ ਕੇਜਰੀਵਾਲ ਹੋਣਾ ਨੇ ਕਿ ਵੀ ਆ ਕੇ 300 ਯੂਨਿਟ ਦਾ ਐਲਾਨ ਕਰ ਦਿੱਤਾ, ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਉਹ ਸਮਝੌਤਿਆਂ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਦੇ ਨੇ, ਕਹਿੰਦੇ ਨੇ ਕਿ ਜੇਕਰ ਅਕਾਲੀ ਦਲ ਨੇ ਸਮਝੌਤੇ ਨਾ ਕੀਤੇ ਹੁੰਦੇ ਤਾਂ ਪੰਜਾਬ 'ਚ ਇੰਨੀ ਮਹਿੰਗੀ ਬਿਜਲੀ ਹੋਣੀ ਨਹੀਂ ਸੀ। ਇੱਦਾਂ ਜੀ ਵੀ ਜਿਹੜਾ ਨਾ ਜੀ ਆਪਣੇ ਪਾਵਰ ਪਰਚੇਜ਼ ਅਗਰੀਮੈਂਟ ਆ, ਇਹ ਵੀ ਮੈਂ ਫਿਰ ਕਹਿੰਦਾ ਹਾਂ, ਅਗੇਨ ਕਾਂਗਰਸ ਗੌਰਮੈਂਟ ਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਆਪਣੇ ਕੈਂਸਲ ਕਰਾਂਗੇ ਜਾਂ ਇੱਥੇ ਕੋਈ ਆਪਣੇ ਵਾਈਟ ਪੇਪਰ ਲੈ ਕੇ ਆਵਾਂਗੇ। ਠੀਕ ਹੈ, ਉਹਨਾਂ ਨੇ ਆਪਣੇ ਤੌਰ 'ਤੇ ਜੋ ਕੀਤਾ ਸੋ ਕੀਤਾ, ਉਹ ਆਪਾਂ ਨੂੰ ਪਤਾ ਹੀ ਆ। ਬਟ ਜੇ ਇੰਨਾ ਲੰਬਾ ਟਾਈਮ ਕਾਂਗਰਸ ਗੌਰਮੈਂਟ ਤੋਂ ਇਸ ਆਪਣੇ ਖੇਤਰ 'ਚ ਕੋਈ ਆਪਣੇ ਨਹੀਂ, ਇਹਦੇ 'ਚ ਨਾ ਕੋਈ ਆਪਣੇ ਦਾ ਸਿੱਟਾ ਨਹੀਂ ਉਹਨਾਂ ਤੋਂ ਨਿਕਲਿਆ, ਉਹਨਾਂ ਤੋਂ ਰਿਜ਼ਲਟ ਨਹੀਂ ਨਿਕਲਿਆ ਕੋਈ ਇਹਦੇ ਜਿਹੜੇ ਹੈਗੇ ਆਪਣੇ ਆਪਾਂ ਲਾਏ ਆ ਥਰਮਲ ਪਲਾਂਟਸ, ਅਤੇ ਫਿਰ ਤਾਂ ਇਹ ਕਹਾਂਗੇ ਕਿ ਜੇ ਥਰਮਲ ਪਲਾਂਟ ਲਾਏ ਸੀਗੇ ਤਾਂ ਅੱਜ ਲੋਕ ਇਹ ਵੀ ਕਹਿੰਦੇ ਆ ਕਿ ਜਨਰੇਟਰ ਆਪਣੇ ਚਲਾਉਣੇ ਪੈ ਗਏ, ਇਨਵਰਟਰ ਲੈਣੇ ਪੈ ਗਏ, ਬਿਜਲੀ ਦੇ ਕੱਟ ਲੱਗ ਗਏ,
ਉਹ ਵੀ ਟਾਈਮ ਸੀਗਾ ਜੋ ਬਿਜਲੀ ਦੇ ਬਿੱਲ ਵੀ ਆਪਣੇ ਪੰਜਾਬ ਵਿੱਚ ਘੱਟ ਸੀਗੇ, ਬਹੁਤ ਥੋੜ੍ਹੇ ਆਉਂਦੇ ਸੀ ਬਿੱਲ ਬਿਜਲੀ ਦੇ ਅਕਾਲੀ ਦਲ ਦੀ ਸਰਕਾਰ ਵੇਲੇ, ਅਤੇ ਬਿਜਲੀ ਪੂਰੀ ਮਿਲਦੀ ਸੀ, 24 ਘੰਟੇ ਬਿਜਲੀ ਪਿੰਡਾਂ ਨੂੰ ਮਿਲਦੀ ਸੀ, 8 ਘੰਟੇ ਬਿਜਲੀ ਆਪਣੇ ਕਿਸਾਨਾਂ ਨੂੰ ਮਿਲਦੀ ਸੀ, ਝੋਨੇ ਵਾਸਤੇ ਕੋਈ ਵੀ ਪਾਵਰ ਕੱਟ ਨਹੀਂ ਸੀ ਲੱਗਦਾ, ਘਰਾਂ ਵਾਸਤੇ ਇੰਡਸਟਰੀ ਨੂੰ ਪੂਰੀ ਬਿਜਲੀ ਆਪਣੇ ਪਾਵਰ ਮਿਲਦੀ ਸੀ, ਇੰਡਸਟਰੀ ਦਾ ਕੋਈ ਲੋਡ ਸ਼ੈਡਿੰਗ ਨਹੀਂ ਸੀ, ਕੋਈ ਪਾਵਰ ਕੱਟ ਨਹੀਂ ਸੀਗਾ। ਸੋ ਇਹ ਆ ਵੀ ਮਤਲਬ ਇਹ ਤਾਂ ਕੰਮ ਨਹੀਂ ਨਾ ਤਾਂ ਹੋਇਆ, ਇਹਨਾਂ ਨੇ ਅਫਸਰਾਂ 'ਤੇ ਜ਼ਿਆਦਾ ਡਿਪੈਂਡ ਕੀਤਾ, ਆਪਣੀ ਕਾਂਗਰਸ ਸਰਕਾਰ ਨੇ ਸਾਰੀ ਸਰਕਾਰ, ਜਿਹੜਾ ਕਿ MLAs ਵੀ ਇਸ ਗੱਲ ਦਾ ਇਤਰਾਜ਼ ਕਰਦੇ ਆ ਸਾਰੇ, ਜਿਨ੍ਹਾਂ ਨੇ ਉੱਥੇ ਦਿੱਲੀ ਜਾ ਕੇ ਕੈਪਟਨ ਸਾਹਿਬ ਦੇ ਗੱਲ ਉਲਟ ਪਹਿਲੀ ਇਹੀ ਕਹੀ ਕਿ ਸਰਕਾਰ ਚਲਾ ਆਪਣੇ ਚੱਲਦੀ ਹੈ ਅਫਸਰਾਂ ਦੇ ਸਿਰ 'ਤੇ, ਅਫਸਰਸ਼ਾਹੀ ਬਿਊਰੋਕਰੇਸੀ ਸਰਕਾਰ ਚਲਾ ਰਹੇ ਆ, ਸਿਆਸੀ ਬੰਦਿਆਂ ਦਾ ਰੋਲ ਬਹੁਤ ਥੋੜ੍ਹਾ ਆ, ਅਤੇ ਇਸ ਕਰਕੇ ਇਹ ਜਿਹੜੀ ਪਲੈਨਿੰਗ ਨਹੀਂ ਨਾ ਤੋਂ ਟਾਈਮ ਨਾ ਹੋਈ। ਅਤੇ ਜੇ ਆਪਣੇ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਮੈਂ ਆਪਣੇ 300 ਯੂਨਿਟ ਫਰੀ ਦਊਂਗਾ, 301 ਤੋਂ ਬਾਅਦ ਆਪਣੇ ਬਿੱਲ ਲੱਗਣਗੇ, ਦੇਖੋ ਉਹ ਤਾਂ ਇੱਦਾਂ ਦਾ ਜਿੱਦਾਂ ਐਵੇਂ ਜਿੱਦਾਂ ਸੋਚਾ ਛੱਡ ਗਿਆ ਅਰਵਿੰਦ ਕੇਜਰੀਵਾਲ। ਦਿੱਲੀ ਦਾ ਮਾਡਲ ਪੰਜਾਬ ਵਿੱਚ ਨਹੀਂ ਲਾਗੂ ਹੋ ਸਕਦਾ, ਦਿੱਲੀ ਦਾ ਵੱਖਰਾ ਆਪਣੇ ਹੈਗਾ ਆ ਸਿਸਟਮ ਬੈਕਗਰਾਉਂਡ, ਪੰਜਾਬ ਦਾ ਵੱਖਰਾ ਸਿਸਟਮ ਆ, ਚਾਹੇ ਆਪਣੇ ਉਹਦਾ ਪਾਵਰ ਦਾ ਆ, ਇੰਡਸਟਰੀ ਦਾ ਆ, ਖੇਤੀ ਦਾ ਆ, ਜਾਂ ਕੋਈ ਹੋਰ ਆਪਣੇ ਖੇਤਰ ਆ। ਸੋ ਪੰਜਾਬ ਵਾਸਤੇ ਪੰਜਾਬ ਮਾਡਲ ਆਪਣੇ ਬਣਾਉਣਾ ਪਊਗਾ, ਅਤੇ ਪੰਜਾਬ ਮਾਡਲ ਅਕਾਲੀ ਦਲ ਵੇਲੇ ਕਾਮਯਾਬ ਹੋਇਆ, ਕਿਸਾਨਾਂ ਨੂੰ ਫ੍ਰੀ ਬਿਜਲੀ ਮਿਲਦੀ ਰਹੀ, ਕਿੰਨੇ ਹੁਣ ਦੇਖੋ ਜੇ ਆਪਾਂ ਕੈਲਕੂਲੇਟ ਕਰੀਏ, 15 ਸਾਲ ਰਹੀ ਆ ਅਕਾਲੀ ਦਲ ਦੀ ਸਰਕਾਰ, 1997 ਤੋਂ ਲੈ ਕੇ 2017 ਤੱਕ, ਇੱਕ ਵਾਰੀ ਵਿੱਚ 5 ਸਾਲ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਰਹੀ ਆ, ਅਤੇ ਚਲੋ 15 ਸਾਲ ਜਾਂ 18 ਸਾਲ ਲਾ ਲਓ, ਕੈਪਟਨ ਸਾਹਿਬ ਨੇ 19 ਸਾਲ ਲਾ ਲਓ, ਕੈਪਟਨ ਸਾਹਿਬ ਨੇ ਥੋੜ੍ਹਾ ਟਾਈਮ ਬਿੱਲ ਲਾਤੇ ਸੀਗੇ, ਵਿੱਚ ਫਿਰ ਉਹਨਾਂ ਨੂੰ ਬਿੱਲ ਆਪਣੇ ਹਟਾਉਣੇ ਪਏ, ਵਾਪਸ ਲਿਆ ਉਹਨਾਂ ਨੇ ਫੈਸਲਾ। 6-7 ਹਜ਼ਾਰ ਕਰੋੜ ਦਾ ਫਾਇਦਾ ਹੋਇਆ ਇੱਕ ਸਾਲ ਦਾ ਪੰਜਾਬ ਦੇ ਕਿਸਾਨਾਂ ਨੂੰ, ਜਾਂ ਕਿਸਾਨੀ ਦੇ ਆਪਣੇ ਨਿਰਭਰ ਜਿਹੜੇ ਪਰਿਵਾਰ ਸਨ। ਅਤੇ ਤੁਸੀਂ ਜੇ ਆਪਣੇ 20 ਸਾਲ ਦੀ ਗੱਲ ਕਰੋ ਤਾਂ ਇਹ ਤਾਂ 1 ਲੱਖ ਕਰੋੜ ਦੇ ਨੇੜੇ ਫਾਇਦਾ ਕੀਤਾ ਆ ਪੰਜਾਬ ਦੇ ਕਿਸਾਨਾਂ ਨਾਲ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਾਂ ਜਿੰਨਾ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ ਆ। ਅਤੇ ਕੇਜਰੀਵਾਲ ਸਾਹਿਬ ਤਾਂ ਐਵੇਂ ਛੁਰਲੀ ਛੱਡ ਗਏ, 300 ਯੂਨਿਟ 200 ਯੂਨਿਟ ਤਾਂ ਪਹਿਲਾਂ ਹੀ ਫ੍ਰੀ ਆ, SC ਆਪਣੇ ਵਰਗ ਵਾਸਤੇ, BC ਵਰਗ ਵਾਸਤੇ ਵੀ 200 ਯੂਨਿਟ ਫ੍ਰੀ ਕੀਤਾ। ਸੋ ਉਹ ਬਿਜਲੀ ਨੂੰ, ਪਾਵਰ ਨੂੰ ਇੱਕ ਆਪਣੇ ਪੋਲੀਟੀਕਲ ਇਸ਼ੂ ਬਣਾਉਣਾ ਚਾਹੁੰਦੇ ਆ। ਠੀਕ ਆ, ਪਾਵਰ ਅੱਜ ਮਹਿੰਗੀ ਆ, ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਰੈਗੂਲੇਟਰੀ ਕਮਿਸ਼ਨ ਨੇ ਉਹਦਾ ਟੈਰਿਫ ਵਧਾ ਤਾ, ਜਿਹੜੇ ਪਰ ਯੂਨਿਟ ਦਾ ਰੇਟ ਵਧਾ ਤਾ ਉਹਨਾਂ ਨੇ, ਜਿਹੜਾ ਕਿ ਨਹੀਂ ਸੀ ਵਧਾਉਣਾ ਚਾਹੀਦਾ, ਖਾਸ ਕਰ ਜਿਹੜੇ ਲੋੜਵੰਦ ਪਰਿਵਾਰ ਆ, SC ਪਰਿਵਾਰ ਆ, ਜਾਂ ਜਿਹੜੇ ਛੋਟੇ ਆਪਣੇ ਕਾਰੋਬਾਰੀ ਨੇ, ਉਹਨਾਂ ਨੂੰ ਚਾਹੀਦੀ ਸੀ ਸਬਸਿਡਾਈਜ਼ਡ ਬਿਜਲੀ ਮਿਲਣੀ, ਜਿਹੜਾ ਅਕਾਲੀ ਦਲ ਦਿੰਦਾ ਰਿਹਾ। ਅਤੇ ਪਰ ਇਹਨਾਂ ਨੇ ਉਹ ਰੇਟ ਆਪਣੇ ਚੱਕ 'ਤੇ, ਜਿਹੜਾ ਯੂਨਿਟ ਦਾ ਆਪਣੇ ਟੈਰਿਫ ਵਧਾ ਤਾ, ਇਹਨਾਂ ਦੇ ਰੈਗੂਲੇਟਰੀ ਕਮਿਸ਼ਨ ਨੇ, ਇਹਨਾਂ ਨੇ ਅਫਸਰ ਲਾਏ ਆ ਉਸ ਕਮਿਸ਼ਨ ਵਿੱਚ, ਉਹਦੇ ਕਰਕੇ ਹਜ਼ਾਰਾਂ ਦੇ ਬਿੱਲ ਆਉਣ ਲੱਗ ਪਏ। ਅਤੇ ਲੋਕ ਮਤਲਬ ਇਸ ਗੱਲੋਂ ਬਹੁਤ ਔਖੇ ਸੀਗੇ, ਤਰ੍ਹਾਂ ਤਰ੍ਹਾਂ ਕਰਦੇ ਸੀਗੇ ਵੀ ਇੰਨੇ 20-30 ਹਜ਼ਾਰ ਗਰੀਬਾਂ ਦੇ ਬਿੱਲ ਆਉਣ ਲੱਗ ਪਏ, ਜਿਹੜੇ ਅਕਾਲੀ ਦਲ ਦੀ ਸਰਕਾਰ ਵੇਲੇ 2,000, 3,000, 4,000 ਆਉਂਦਾ ਸੀਗਾ। ਪਰ ਉਹ ਕਿਹਦਾ ਕਸੂਰ ਆ? ਉਹ ਕਾਂਗਰਸ ਗੌਰਮੈਂਟ ਦਾ ਕਸੂਰ ਆ, ਇਸ ਆਪਣੇ ਪ੍ਰੈਜੈਂਟ ਜੇ ਸਿਸਟਮ ਦਾ ਕਸੂਰ ਆ, ਕਰਕੇ ਅਫਸਰਾਂ ਨੇ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ। ਜੇ ਹੁਣ ਪਾਵਰ ਕੱਟ ਲੱਗੇ ਆ, ਉਹ ਅਫਸਰਾਂ ਦੀ ਜ਼ਿੰਮੇਵਾਰੀ ਆ, ਉੱਥੇ ਟੈਕਨੋਕ੍ਰੈਟ ਬਿਠਾਉਂਦੇ, ਚੇਅਰਮੈਨ ਬਣਾਉਂਦੇ ਪਾਵਰਕੌਮ ਦਾ, ਜੇ ਕੋਈ ਇੰਜੀਨੀਅਰ ਹੁੰਦਾ, ਇੰਜੀਨੀਅਰ ਨੂੰ ਪੁੱਛ ਕੇ ਆਪਣੇ ਚੇਅਰਮੈਨ ਬਣਦਾ, ਅਤੇ ਫਿਰ ਕੋਈ ਪਾਵਰ ਕੱਟ ਨਹੀਂ ਸੀ ਲੱਗਣਾ। ਸਾਰਾ ਜਿਹੜਾ ਬਿਜਲੀ ਦੀ ਖਰੀਦਣ ਦਾ ਪ੍ਰੋਗਰਾਮ ਪਹਿਲਾਂ ਬਣ ਜਾਣਾ ਸੀਗਾ, 8 ਘੰਟੇ ਪਹਿਲੇ ਦਿਨ ਤੋਂ ਬਿਜਲੀ ਆਉਣੀ ਸੀ, ਇੰਡਸਟਰੀ ਦਾ ਕੱਟ ਨਹੀਂ ਸੀ ਆਉਣਾ, ਘਰਾਂ ਦਾ ਨਹੀਂ ਸੀ ਆਉਣਾ, ਵਪਾਰ ਨੂੰ ਸੀ ਨਹੀਂ ਸੀ ਆਪਣੇ ਧੱਕਾ ਲੱਗਣਾ। ਬਟ ਕੇਜਰੀਵਾਲ ਸਾਹਿਬ, ਫਿਰ ਮੈਂ ਕਹੂੰਗਾ ਕਿ ਉਹ ਜਿਹੜਾ ਸੋਚਾ ਛੱਡ ਕੇ ਗਏ ਆ, ਪੰਜਾਬ ਦੇ ਬਿਜਲੀ ਦੇ ਖਪਤ ਦੇ, ਪੰਜਾਬ ਦੀ ਬਿਜਲੀ ਦੀ ਪ੍ਰੋਡਕਸ਼ਨ ਦੇ, ਪੰਜਾਬ ਦੇ ਬਿਜਲੀ ਦੇ ਰੇਟ ਦੇ ਆਪਾਂ ਦਿੱਲੀ ਦਾ ਮੁਕਾਬਲਾ ਨਹੀਂ ਕਰ ਸਕਦੇ। ਦਿੱਲੀ ਰੇਟ ਜ਼ਿਆਦਾ ਹੈ ਪੰਜਾਬ ਨਾਲੋਂ, ਠੀਕ ਆ, ਲੇਕਿਨ ਦਿੱਲੀ ਠੀਕ, ਬਹੁਤ ਸਾਰਾ ਟੋਟਲੀ ਅਰਬਨ ਏਰੀਆ ਆ, ਟੋਟਲੀ ਕੰਸਟਰਕਟਡ ਆ, ਉੱਥੇ ਪੇਂਡੂ ਏਰੀਆ ਹੀ ਨਹੀਂ ਗਾ, ਉੱਥੇ ਮਤਲਬ ਠੀਕ ਹੈ ਗਰੀਬ ਉੱਥੇ ਵੀ ਹੋਣਗੇ, ਬਸਤੀਆਂ ਉੱਥੇ ਵੀ ਬਹੁਤ ਹੈਗੀਆਂ, ਗਰੀਬੀ ਹੈਗੀ ਆ, ਬਟ ਪੰਜਾਬ ਦੇ ਪਿੰਡਾਂ ਦਾ, ਪੰਜਾਬ ਦੇ ਆਪਣੇ ਬੈਕਗਰਾਊਂਡ ਦਾ ਦਿੱਲੀ ਦਾ ਨਹੀਂ ਮੁਕਾਬਲਾ ਹੋ ਸਕਦਾ। ਸੋ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਬਾਰੇ ਨੌਲੇਜ ਨਹੀਂ ਗੀ, ਪਤਾ ਨਹੀਂ ਗਾ, ਉਹਨਾਂ ਨੂੰ ਇੰਨਾ ਤਜਰਬਾ ਨਹੀਂ, ਅਤੇ ਜਿਹੜੇ ਉਹਨਾਂ ਦੇ ਐਡਵਾਈਜ਼ਰ ਆ ਉਹ ਦਿੱਲੀ ਦਾ ਜਿਹੜਾ ਸਿਸਟਮ ਇੱਥੇ ਲਾਗੂ ਕਰਨਾ ਚਾਹੁੰਦੇ ਆ, ਜੋ ਨਹੀਂ ਲਾਗੂ ਹੋ ਸਕਦਾ ਫੇਲ ਹੋ ਜਾਣਾ, ਅਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਹਾਂ, ਮੈਂ ਕਹਿੰਦਾ ਅਕਾਲੀ ਦਲ ਵੱਲੋਂ ਜੋ ਸਰਦਾਰ ਬਾਦਲ ਨੇ ਆਖਿਆ ਕਿ ਅਕਾਲੀ ਦਲ ਨੇ ਪਹਿਲਾਂ ਵੀ ਬਿਜਲੀ ਸਸਤੀ ਦਿੱਤੀ, ਪਹਿਲਾਂ ਵੀ ਬਿਜਲੀ ਫਰੀ ਦਿੱਤੀ, ਗਾਂ ਫਰੀ ਵੀ ਚੱਲ ਆਪਣੇ ਚੱਲਦੀ ਰਹੂਗੀ, ਬਿਜਲੀ ਸਸਤੀ ਅਕਾਲੀ ਦਲ ਦਊਗਾ। ਹਾਂ, ਕਿੰਨੀ ਯੂਨਿਟ ਕਿਹਨੂੰ ਮਿਲਣਗੇ, ਇਹ ਟਾਈਮ ਪਿਆ ਆ, ਜਦੋਂ ਮੈਨੀਫੈਸਟੋ ਆਊਗਾ ਅਕਾਲੀ ਦਲ ਦਾ, ਉਹਦੇ ਵਿੱਚ ਸਾਰੀ ਗੱਲ ਕਲੀਅਰ ਕਰਕੇ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤੀ ਜਾਊਗੀ। ਹਾਂ, ਠੀਕ ਆ। ਅੱਛਾ, ਆਖਰੀ ਸਵਾਲ ਮੈਂ ਲਊਂਗਾ, 2022 ਦੇ ਵਿੱਚ BJP ਨਾਲੋਂ ਵੱਖ ਹੋ ਕੇ ਤੁਸੀਂ ਬਸਪਾ ਦੇ ਨਾਲ ਗੱਠਜੋੜ ਕੀਤਾ, ਲੱਗਦਾ ਕਿ ਬਸਪਾ BJP ਦੀ ਭਰਪਾਈ ਕਰ ਪਾਊਗਾ? ਅਕਾਲੀ ਦਲ ਦਾ ਜਦੋਂ BSP ਨਾਲ ਸਮਝੌਤਾ ਹੋਇਆ,
ਤੇ ਬਹੁਤ ਇੱਕ ਆਪਣੇ ਉਤਸ਼ਾਹ ਕਾਇਮ ਹੋ ਗਿਆ ਅਕਾਲੀ ਦਲ ਦੇ ਕਾਡਰ ਵਿੱਚ ਤੇ BSP ਦੇ ਕਾਡਰ ਵਿੱਚ। ਇੱਕ ਕਹਿ ਲਓ ਨਾ ਨਵੀਂ ਰੂਹ ਉਹਨਾਂ 'ਚ ਭਰੀ ਗਈ, ਇੱਕ ਨਵਾਂ ਮੋੜ ਕੱਟਿਆ ਪੰਜਾਬ ਦੀ ਸਿਆਸਤ ਨੇ ਕਰਕੇ। ਚਲੋ BJP ਨਾਲ ਜਦੋਂ ਆਪਣੇ ਲਾਇੰਸ ਟੁੱਟਿਆ ਕਿਸਾਨੀ ਅੰਦੋਲਨ ਕਰਕੇ, ਆਪਾਂ ਨੂੰ ਸਾਰਿਆਂ ਨੂੰ ਪਤਾ ਆ ਉਹ ਆਪਣੇ ਬਣਦਾ ਸੀਗਾ ਕਰਕੇ, ਬੜੇ ਆਪਣੇ ਮਾੜੇ ਕਾਨੂੰਨ ਦੇਸ਼ ਦੇ ਉੱਪਰ, ਕਿਸਾਨੀ ਦੇ ਉੱਪਰ, ਖੇਤੀਬਾੜੀ ਉੱਪਰ ਧੱਕੇ ਦੇ ਨਾਲ NDA ਦੀ ਸਰਕਾਰ ਨੇ ਥੋਪੇ ਧੱਕੇ ਨਾਲ। ਫਿਰ ਉਸ ਤੋਂ ਬਾਅਦ BSP ਦਾ ਅਲਾਇੰਸ ਹੋਇਆ ਅਤੇ BSP ਦੇ ਅਲਾਇੰਸ ਦੇ ਨਾਲ ਇੱਕ ਨਵੀਂ ਉਮੀਦ ਜਾਗ ਪਈ, ਇੱਕ ਨਵਾਂ ਉਤਸ਼ਾਹ ਪੈਦਾ ਹੋ ਗਿਆ, ਇੱਕ ਨਵਾਂ ਕਹਿ ਲਓ ਮੋੜ ਕੱਟਿਆ ਗਿਆ ਪੰਜਾਬ ਦੀ ਰਾਜਨੀਤੀ ਵਿੱਚ, ਜਿਹੜਾ ਕਿ ਅੱਗੇ ਜਦੋਂ ਅਕਾਲੀ ਦਲ ਦਾ BSP ਦਾ ਸਮਝੌਤਾ ਹੋਇਆ ਦੋ ਪਾਰਟੀਆਂ ਦਾ, ਉਹਦੇ ਰਿਜ਼ਲਟ ਬਹੁਤ ਚੰਗੇ ਨਿਕਲੇ ਸੀਗੇ ਲੋਕ ਸਭਾ ਇਲੈਕਸ਼ਨ ਵਿੱਚ ਵੀ। ਦੇਖੋ ਚਲੋ ਠੀਕ ਆ, BJP ਨਾਲ ਵੀ ਜਦੋਂ ਜਿੰਨਾ ਟਾਈਮ ਲੰਘਿਆ ਬਹੁਤ ਚੰਗਾ ਲੰਘਿਆ, ਉਹ ਵੀ ਸਾਡੇ ਭਰਾ ਨੇ ਜਿਹੜੇ BJP ਦੇ ਨੇ, ਜਿਨ੍ਹਾਂ ਤੀਕਰ BJP ਦੀ ਲੀਡਰਸ਼ਿਪ ਸਹੀ ਰਸਤੇ 'ਤੇ ਸੀਗੀ। ਜਦੋਂ ਹੁਣ BJP ਦੀ ਲੀਡਰਸ਼ਿਪ ਨਹੀਂ, ਆਪਣੇ ਪੈਰ 'ਤੇ ਆਪ ਘੋੜਾ ਮਾਰ ਲਿਆ ਆਪਣੇ ਮੋਦੀ ਸਾਹਿਬ ਨੇ ਜਾਂ NDA ਗਵਰਨਮੈਂਟ ਨੇ, ਅਤੇ ਹੁਣ ਅਸੀਂ ਹੁਣ ਕੀ ਕਰ ਸਕਦੇ? ਉਹ ਤਾਂ ਆਪ ਬੜੇ ਤੰਗ ਆ, ਪੰਜਾਬ ਦੀ ਜਿਹੜੀ BJP ਲੀਡਰ ਆ ਉਹ ਤਾਂ ਆਪ ਬੜੇ ਪਰੇਸ਼ਾਨ ਆ ਵੀ ਸਾਨੂੰ ਇਹਨਾਂ ਨੇ ਆਪਣੇ ਜ਼ੀਰੋ ਕਰਕੇ ਰੱਖਤਾ, ਕੇਂਦਰ ਦੀ ਸਰਕਾਰ ਨੇ ਹਜੇ ਵੀ ਵੇਲਾ ਆ ਜੇ ਹਜੇ ਵੀ ਮੋੜ ਕੱਟ ਲੈਣ ਕਿਸਾਨੀ ਅੰਦੋਲਨ ਦੇ ਬਾਰੇ, ਜੋ ਕਿਸਾਨ ਚਾਹੁੰਦੇ ਆ ਉਹਦੇ ਮੁਤਾਬਕ ਫੈਸਲਾ ਲੈਣ, ਉਹ ਆਪਣੇ ਕਾਨੂੰਨ ਰੱਦ ਕਰਨ, ਅਤੇ ਸਾਰਾ ਕੁਝ ਪੰਜਾਬ ਦਾ ਮਾਹੌਲ ਠੀਕ ਹੋ ਜਾਣਾ। ਬਟ ਚਲੋ ਉਹ ਤਾਂ ਡਿਫਰੈਂਟ ਆਪਣੇ ਚੈਪਟਰ ਆ ਜਿਹੜਾ BJP ਦਾ। BSP ਦੇ ਨਾਲ ਜਿਹੜੀ ਵੋਟ ਪਰਸੈਂਟੇਜ ਜਾਂ ਵੋਟ ਸ਼ੇਅਰ ਆ ਆਪਣੇ BSP ਦਾ, ਜਿਹੜਾ ਆਪਣੇ ਅਲਾਇੰਸ ਹੋਇਆ ਅਕਾਲੀ ਦਲ ਦਾ, ਉਹਦਾ ਬਹੁਤ ਫਾਇਦਾ ਹੋਊਗਾ ਸਾਰੇ ਪੰਜਾਬ ਵਿੱਚ। ਇਸ ਗੱਲ ਦੀ ਆਪਣੇ ਬੜੀ ਵਧੀਆ ਸੰਕੇਤ ਆ ਰਹੇ ਨੇ, ਚੰਗੀ ਆਪਣੀ ਇਹਦੇ 'ਚ ਰਿਪੋਰਟਸ ਮਿਲ ਰਹੀਆਂ ਕਿ ਇਹਦੇ ਨਾਲ ਲੋਕ ਫਿਰ ਕਹਿਣ ਲੱਗ ਪਏ ਆ ਕਿ ਇਹ ਜਿਹੜਾ ਹੁਣ ਨਵਾਂ ਅਲਾਇੰਸ ਹੋਇਆ ਅਕਾਲੀ ਦਲ BSP ਦਾ, ਇਹਦੀ ਸਰਕਾਰ ਬਣਦੇ ਬਹੁਤ ਚੰਗੇ ਅਸਾਰ ਨਜ਼ਰ ਆ ਰਹੇ ਨੇ। ਅਤੇ ਉਹਨਾਂ ਆਪਣੇ ਜਿਹੜਾ BSP ਦਾ ਕੱਢ ਰਿਹਾ ਉਹ ਵੀ ਚਾਹੁੰਦੇ ਆ ਕਿ ਅਸੀਂ ਵੀ ਇੰਨਾ ਲੰਬਾ ਸਮਾਂ ਸੰਘਰਸ਼ ਵਿੱਚੋਂ ਨਿਕਲੇ ਹਾਂ ਕਿ ਸਾਡਾ ਵੀ ਯੋਗਦਾਨ ਵਿੱਚ ਸਰਕਾਰਾਂ 'ਚ ਪੈ ਜਾਵੇ, ਤਾਂ ਉਹਨਾਂ ਦਾ ਵੀ ਯੋਗਦਾਨ ਸਰਕਾਰਾਂ 'ਚ ਪੈਣ ਜਾ ਰਿਹਾ। ਸੋ ਜਿਹੜੀ BJP ਦਾ ਘਾਟਾ ਹੋਇਆ ਉਹ BSP ਜ਼ਰੂਰ ਉਹਦੀ ਭਰਪਾਈ ਕਰੂਗੀ ਜਾਂ ਉਹਨੂੰ ਆਪਣੇ ਪੂਰਾ ਕਰੂਗੀ। ਪਰ ਫਿਰ ਅਸੀਂ ਕਹਿੰਦੇ ਹਾਂ ਕਿ ਸ਼ਹਿਰਾਂ ਵਿੱਚ ਵੀ ਅਕਾਲੀ ਦਲ ਦਾ ਹੋਲਡ ਹੈਗਾ ਆ, ਸ਼ਹਿਰਾਂ ਵਿੱਚ ਵੀ ਆਪਣੇ ਜਿਹੜੀ ਹੈਗੀ ਅਕਾਲੀ ਦਲ ਦੀ BSP ਦੀ ਵੋਟ ਹੈਗੀ ਆ, ਉੱਥੋਂ ਵੀ ਸਾਨੂੰ ਵੋਟ ਮਿਲੂਗੀ। ਅਤੇ ਇਹਦਾ ਨੁਕਸਾਨ ਤਾਂ ਉਹਨਾਂ ਜਿਹੜੇ ਖੇਤੀ ਦੇ ਕਾਨੂੰਨਾਂ ਦਾ ਅਲਟੀਮੇਟਲੀ ਜੇ ਕਿਸੇ ਨੂੰ ਹੋਊਗਾ ਇੱਥੇ ਸੂਬੇ ਪੱਧਰ 'ਤੇ, ਚਾਹੇ ਪੰਜਾਬ ਹੋਵੇ, UP ਹੋਵੇ ਜਾਂ ਕੋਈ ਹੋਰ ਸੂਬਾ ਹੋਵੇ, ਹਰਿਆਣਾ ਹੋਵੇ, ਰਾਜਸਥਾਨ ਹੋਵੇ, ਉਹਦਾ BJP ਨੂੰ ਹੋਣਾ ਆ। ਅਤੇ ਇਹ BJP ਨੂੰ ਹੁਣ ਭੁਗਤਣਾ ਪਊਗਾ ਕਰਕੇ BJP ਨੇ ਇੰਨਾ ਲੰਬਾ ਸਮਾਂ ਕਰਤਾ ਅੰਦੋਲਨ, ਕਿਸਾਨਾਂ ਦੀ ਗੱਲ ਮੰਨੀ ਨਹੀਂ, 500 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਹਜੇ ਵੀ ਆਪਣੇ ਅੰਦੋਲਨ ਚੱਲ ਰਿਹਾ। ਅਤੇ ਇਹ ਬਹੁਤ ਗਲਤ ਫੈਸਲਾ ਲਿਆ ਮੋਦੀ ਸਾਹਿਬ ਨੇ, ਜਿਹੜਾ ਉਹਨਾਂ ਨੂੰ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਕਰਨਾ ਚਾਹੀਦਾ ਸੀਗਾ, ਅਕਾਲੀ ਦਲ ਦੀ ਗੱਲ ਮੰਨਣੀ ਚਾਹੀਦੀ ਸੀ। ਮੈਂ ਫਿਰ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ TV ਪੰਜਾਬ ਰਾਹੀਂ ਕਿ ਅਕਾਲੀ ਦਲ ਨੇ ਇਹਨਾਂ ਨੂੰ ਕਿਹਾ ਸੀ BJP ਵਾਲਿਆਂ ਨੂੰ ਕਿ ਤੁਸੀਂ ਇਹ ਜਿਹੜੇ ਆਪਣੇ ਆਰਡੀਨੈਂਸ ਆ ਜਿਹੜਾ ਬਿੱਲ ਪੇਸ਼ ਕਰਨ ਜਾ ਰਹੇ ਹੋ ਡੈਫਰ ਕਰ ਦਿਓ, ਇਹਨਾਂ ਨੂੰ ਅੱਗੇ ਲੈ ਜਾਓ, 6 ਮਹੀਨੇ ਸਾਲ ਪਾ ਦਿਓ, ਕਿਸਾਨਾਂ ਨੂੰ ਨਾਲ ਬਿਠਾਓ ਆਪਣੇ MPs ਦੇ ਨਾਲ, ਅਤੇ ਕਿਸਾਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਪ੍ਰੋਸੈਸ ਲੈ ਕੇ ਉਹਨਾਂ ਦੇ ਨੁਕਤੇ ਆਪਣੇ ਵਿੱਚ ਸ਼ਾਮਿਲ ਕਰਕੇ ਫਿਰ ਇਹ ਜਿਹੜੇ ਕਾਨੂੰਨ ਬਣਾਉਣੇ ਤੁਸੀਂ ਬਣਾਓ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ। ਪਰ ਖੇਤੀਬਾੜੀ ਦਾ ਜਿਹੜਾ ਖੇਤਰ ਆ, ਜਿਹੜਾ ਸੰਵਿਧਾਨ ਕਹਿੰਦਾ ਆਪਣਾ, ਉਹ ਹੈਗਾ ਆ ਸਟੇਟਾਂ ਦਾ ਅਧਿਕਾਰ ਆ, ਕੇਂਦਰ ਸਰਕਾਰ ਦਾ ਅਧਿਕਾਰ ਕੋਈ ਨਹੀਂ ਗਾ। ਪਰ ਜੇ ਕੇਂਦਰ ਖੇਤੀ ਬਾਰੇ ਕੋਈ ਚੰਗਾ ਕਦਮ ਚੱਕਦੀ ਆ ਤਾਂ ਅਸੀਂ ਵੈਲਕਮ ਕਰਦੇ ਹਾਂ, ਪਰ ਜੇ ਕੇਂਦਰ ਖੇਤੀ ਨੂੰ ਡੁੱਬਣਾ ਚਾਹੁੰਦੀ ਆ ਜਾਂ ਇਹਦਾ ਆਪਣੇ ਇਹਨੂੰ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਆ, ਕਾਰਪੋਰੇਟਾਈਜੇਸ਼ਨ ਕਰਨਾ ਚਾਹੁੰਦੀ ਆ, ਫਿਰ ਤਾਂ ਇਹਦਾ ਨੁਕਸਾਨ ਹੋਣਾ ਹੀ ਆ ਜੋ ਹੁਣ ਹੋ ਰਿਹਾ ਆ। ਪਰ ਅਜੇ ਵੀ ਸਮਾਂ ਕਿ ਆਪਣੇ NDA ਗਵਰਨਮੈਂਟ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ। ਅੱਜ ਵੀ ਹੁਣ ਕੱਲ੍ਹ ਪਾਰਲੀਮੈਂਟ 'ਚ ਰੌਲਾ ਪੈ ਰਿਹਾ, ਅੱਜ ਫਿਰ ਪਾਰਲੀਮੈਂਟ ਵਿੱਚ ਰੌਲਾ ਪੈ ਰਿਹਾ, ਗਾਂਹ ਵੀ ਪੈਣਾ ਆ, ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ, ਨੁਕਸਾਨ ਹੋ ਰਿਹਾ। ਹਜੇ ਵੀ ਵੇਲਾ, ਹਜੇ ਵੀ ਡੁੱਲੇ ਫੇਰਾਂ ਦਾ ਕੁਛ ਨਹੀਂ ਵਿਗੜਿਆ, ਅਤੇ ਉਹਨਾਂ ਨੂੰ ਅੱਜ ਵੀ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਤਾਂ ਕਿ ਕਿਸਾਨ ਉੱਥੋਂ ਉਸ ਮੋਰਚੇ ਤੋਂ ਜਿੱਤ ਕੇ ਵਾਪਸ ਆਉਣ, ਆਪਣੇ ਘਰਾਂ ਨੂੰ ਆਉਣ, ਖੇਤੀਬਾੜੀ ਨੂੰ ਹੋਰ ਆਪਾਂ ਮਜ਼ਬੂਤ ਕਰ ਸਕੀਏ। ਦੇਸ਼ ਵਾਸਤੇ ਖੇਤੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਆ, ਦੇਸ਼ ਦੀ ਤਰੱਕੀ ਵਾਸਤੇ, ਦੇਸ਼ ਦੀ ਆਪਣੇ ਅੰਨ ਭੰਡਾਰ ਭਰਨ ਵਾਸਤੇ, ਦੇਸ਼ ਦੀ ਭੁੱਖ ਵਾਸਤੇ। ਅਤੇ ਇਹ ਕੋਵਿਡ ਦੇ ਸਮੇਂ 'ਚ ਆਪਣੇ ਇਹ ਕਿਸਾਨਾਂ ਨੇ ਦਿਖਾ ਦਿੱਤਾ ਕਿ ਅਗਰ ਕਣਕ, ਅਗਰ ਦਾਲ ਜਾਂ ਅਗਰ ਹੋਰ ਕੋਈ ਜਿਨਸ ਆਪਣੇ ਗਰੀਬਾਂ ਨੂੰ ਕੇਂਦਰ ਸਰਕਾਰ ਨੇ ਜਾਂ ਸੂਬੇ ਦੀ ਸਰਕਾਰਾਂ ਨੇ ਦਿੱਤੀ ਆ, ਦੇ ਪਾਏ ਨੇ, ਅਤੇ ਕਿਸਾਨਾਂ ਕਰਕੇ ਦੇ ਪਾਏ ਨੇ, ਪੰਜਾਬ ਕਰਕੇ ਦੇ ਪਾਏ ਨੇ, ਹਰਿਆਣੇ ਕਰਕੇ,
यूपी करके दे पाए ने या जिथे जिथे भी कणक या चौल पैदा होंगे आदि करके दे पाए आ तो फिर तुम एडा वा योगदान आ तुम किमें उन्होंने उस योगदान किमें तुम अपने अखों ओले कर सकते हो। बिल्कुल यदा नुकसान भी जोड़ा होंगे वो पंजाब नज़र आ रहा। धन्यवाद वडाला साहब गलबात करने के लिए। सो एक गुरप्रताप सिंह वडाला होने ने जिन्होंने नवजोत सिंह सिद्धू के मसले पर भी खुल के गलबात की है तो कहा कि स्टार ते सियासत का बहुत फर्क है। नवजोत सिंह सिद्धू स्टार हो सकते हैं पर पंजाब की सियासत लोग उपर ही यकीन करते हैं जोड़ा काम करता ज ग्राउंड के उपर आके जोड़ा वो लोगों की सुनवाई करता है। तो उत ही नवजोत सिंह सिद्धू तो कैप्टन अमरिंदर सिंह के विवाद से भी इन्होंने कहा कि हाई कमांड के वलों प्री प्लैन किया गया नवजोत सिंह सिद्धू अगे लैके आता कैप्टन अमरिंदर सिंह पिछे ले जाता यदा फायदा ज नुकसान की होगा ये इन वालों कहा गया कि ये आने वाला समा ही दसेगा। पर जेकर नवजोत सिंह सिद्धू को अगे किया जाता तो कैप्टन अमरिंदर सिंह पिछे किया जाता तो यदा डेफिनेटली जो नुकसान है वह कांग्रेस पार्टी आने वाले समय के चलना पवेगा। कैमरामैन रविंदर कुमार के नाल मनप्रीत सिंह कालू टीवी पंजाब जलंधर। सत श्री अकाल जी मैं निर्मल मान पूरा टैक्स सेटलमेंट तो यह वीडियो देख रहे थे टीवी पंजाब के उत्ते योजे होर जानकारी भरपूर वीडियो देखने वास्ते टीवी पंजाब के चैनल में सबसक्राइब करो ते नाल हेठ दिते हुए बैल आइकन के बटन दबाओ। सत श्री अकाल।